ਨਮਸਕਾਰ ਸਟੂਡੈਂਟਸ ਵੈਲਕਮ ਟੂ ਬਾਲਾਜੀ ਐਜੂਕੇਸ਼ਨ ਪੁਆਇੰਟ ਸਟੂਡੈਂਟਸ ਜਿਵੇਂ ਕਿ ਆਪਾਂ ਸੀਰੀਜ਼ ਸਟਾਰਟ ਕੀਤੀ ਸੀ ਸਿੰਪਲੀਫਿਕੇਸ਼ਨ ਲਈ ਬੱਚਿਓ ਆਪਾਂ ਨੇ ਕਲਾਸ ਸਟਾਰਟ ਕੀਤੀ ਸੀ ਕੱਲ ਪਹਿਲਾ ਪਾਰਟ ਬਣਾਇਆ ਸੀ ਸਿੰਪਲੀਫਿਕੇਸ਼ਨ ਦਾ ਤਾਂ ਅੱਜ ਆਪਾਂ ਸੈਕੰਡ ਪਾਰਟ ਲੈ ਕੇ ਆਏ ਆ ਠੀਕ ਹੈ ਜੀ ਇਹ ਜਿਹੜੀ ਸਿੰਪਲੀਫਿਕੇਸ਼ਨ ਆ ਬੱਚਿਓ ਤੁਹਾਡੇ ਆਉਣ ਵਾਲੇ ਪੰਜਾਬ ਦੇ ਜਿਹੜੇ ਐਗਜ਼ਾਮਸ ਨੇ ਉਹਨਾਂ ਦੇ ਵਿੱਚ ਕਾਫੀ ਹੈਲਪਫੁਲ ਹੋਊਗੀ ਕਈ ਐਗਜ਼ਾਮਸ ਨੇ ਜਿਵੇਂ ਪੀਟੈਟ ਦਾ ਐਗਜ਼ਾਮ ਹੋ ਗਿਆ ਕਾਫੀ ਕੁਐਸਚਨ ਨੇ ਜਿਹੜੇ ਪੀਟੈਟ ਦੇ ਐਗਜ਼ਾਮ ਦੇ ਵਿੱਚ ਪੁੱਛੇ ਜਾਣਗੇ ਪੇਪਰ 1 ਹੋਵੇ ਜਾਂ ਪੇਪਰ 2 ਮੈਥ ਸਾਇੰਸ ਕੰਬੀਨੇਸ਼ਨ ਹੋਵੇ ਜਾਂ ਫਿਰ ਜੇ ਤੁਸੀਂ ਬੱਚੋ ਬੈਂਕਿੰਗ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਨੂੰ ਪਤਾ ਹੋਊਗਾ ਪੀਓ ਤੇ ਕਲੈਰੀਕਲ ਦੇ ਵਿੱਚ ਬੈਂਕਿੰਗ ਦੇ ਪੀਓ ਤੇ ਕਲੈਰੀਕਲ ਦੇ ਵਿੱਚ 5 ਤੋਂ 10 ਨੰਬਰ ਦੀ ਸਿੰਪਲੀਫਿਕੇਸ਼ਨ ਆਉਂਦੀ ਹੈ 10 ਨੰਬਰ ਦੀ ਸਿੰਪਲੀਫਿਕੇਸ਼ਨ ਆਉਂਦੀ ਹੈ 5 ਤੋਂ 10 ਦੀ ਕੁਝ ਕੈਲਕੂਲੇਸ਼ਨਸ ਵਾਲੇ ਕੁਐਸਚਨ ਹੁੰਦੇ ਨੇ ਕੁਝ ਸਟੇਟਮੈਂਟ ਬੇਸ ਕੁਐਸਚਨ ਹੁੰਦੇ ਨੇ ਤਾਂ ਉਹਨਾਂ ਦੇ ਵਿੱਚ ਵੀ ਤੁਹਾਨੂੰ ਕਾਫੀ ਹੈਲਪ ਕਰੂਗਾ ਜੀ ਮਤਲਬ ਜਿਹੜੇ ਆਪਾਂ ਇਹ ਟੋਪਿਕ ਪੜ੍ਹ ਰਹੇ ਹਾਂ ਤੁਸੀਂ ਕਿਸੇ ਵੀ ਗਵਰਨਮੈਂਟ ਜੋਬ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਨੂੰ ਕਾਫੀ ਹੈਲਪ ਕਰੂਗਾ ਤਾਂ ਬੱਚਿਓ ਇਹਨਾਂ ਕਲਾਸਿਸ ਨੂੰ ਬੜੇ ਧਿਆਨ ਨਾਲ ਦੇਖਿਓ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਬਾਲਾਜੀ ਐਜੂਕੇਸ਼ਨ ਪੁਆਇੰਟ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਹੈ ਜੀ ਜਿਸ ਨਾਲ ਤੁਹਾਨੂੰ ਹੋਰ ਇਸ ਰਿਲੇਟਿਡ ਵੀਡੀਓਜ਼ ਮਿਲਦੀਆਂ ਜਾਣ ਤੇ ਜੇ ਕਿਸੇ ਨੇ ਪਹਿਲਾ ਪਾਰਟ ਨਹੀਂ ਸੁਣਿਆ ਸਿੰਪਲੀਫਿਕੇਸ਼ਨ ਦਾ ਪਹਿਲਾ ਪਾਰਟ ਬੱਚਿਓ ਜਰੂਰ ਸੁਣ ਲਿਓ ਕਿਉਂਕਿ ਇਹ ਸੈਕਿੰਡ ਪਾਰਟ ਆਪਾਂ స్టార్ਟ ਕਰਨ ਜਾ ਰਹੇ ਹਾਂ ਠੀਕ ਹੈ ਜੀ ਅੱਜ ਦੀ ਕਲਾਸ ਦੇ ਵਿੱਚ ਆਪਾਂ ਸੈਕਿੰਡ ਪਾਰਟ ਸਟਾਰਟ ਕਰਾਂਗੇ ਤੇ ਤੁਸੀਂ ਸਾਡਾ ਟੈਲੀਗ੍ਰam ਚੈਨਲ ਬਾਲਾਜੀ ਐਜੂਕੇਸ਼ਨ ਪੁਆਇੰਟ ਜੁਆਇਨ ਕਰ ਸਕਦੇ ਹੋ ਜਾਂ ਫਿਰ ਵਟਸਐਪ ਤੇ ਵੀ ਚੈਨਲ ਬਣਿਆ ਹੋਇਆ ਬਾਲਾਜੀ ਐਜੂਕੇਸ਼ਨ ਪੁਆਇੰਟ ਉਸ ਨੂੰ ਵੀ ਬੱਚਿਓ ਜਰੂਰ ਜੁਆਇਨ ਕਰ ਸਕਦੇ ਹੋ ਠੀਕ ਹੈ ਜੀ ਤਾਂ ਚਲਿਏ ਜੀ ਅੱਜ ਦੀ ਇਸ ਕਲਾਸ ਨੂੰ ਆਪਾਂ ਸਟਾਰਟ ਕਰਦੇ ਆਂ ਬੱਚੋ ਪਹਿਲੇ ਕੁਐਸਚਨ ਤੋਂ ਟੋਟਲ ਉਸੇ ਤਰੀਕੇ ਨਾਲ 10 ਕੁਐਸਚਨ ਟਰਾਈ ਕਰਾਂਗੇ ਠੀਕ ਹੈ ਇਹ ਦੱਸੋ ਕੁਐਸਚਨ ਵਧੀਆ ਲੈਵਲ ਦੇ ਹੋਣਗੇ ਦੇਖੋ ਬੇਸਿਕ ਸਿੰਪਲੀਫਿਕੇਸ਼ਨ ਨਹੀਂ ਪੜਾਂਗੇ ਵੀ ਤੁਹਾਨੂੰ ਬੋਰਡ ਮਾਸ ਰੂਲਸ ਲਗਾਉਣਾ ਸਿਖਾਉਂਗਾ ਵਧੀਆ ਕੁਐਸਚਨਸ ਹੋਣਗੇ ਜਿਸ ਨਾਲ ਤੁਹਾਡੀ ਨੋਲੇਜ ਹੈ ਜਿਹੜੀ ਉਹ ਇੰਪਰੂਵ ਹੋਊਗੀ ਠੀਕ ਹੈ ਤੇ ਇਹ ਉਹ ਕੁਐਸਚਨ ਹੋਣਗੇ ਜਿਹੜੇ ਮੈਕਸਿਮਮ ਬੱਚਿਆਂ ਦੇ ਫਸਦੇ ਨੇ ਪੇਪਰ 'ਚ ਜਾ ਕੇ ਜਾਂ ਫਿਰ ਤੁਸੀਂ ਟਾਈਮ ਵੇਸਟ ਕਰਕੇ ਆਉਂਦੇ ਹੋ ਠੀਕ ਹੈ ਇਹਨਾਂ ਕੁਐਸਚਨਸ ਨੂੰ ਲੈ ਕੇ ਤਾਂ ਬੱਚਿਓ ਧਿਆਨ ਨਾਲ ਦੇਖਿਓ ਲਾਸਟ ਤੱਕ ਇਸ ਵੀਡੀਓ ਨੂੰ ਜੇ ਵੀਡੀਓ ਪਸੰਦ ਆਵੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੈਨੇ ਤੁਹਾਨੂੰ ਕੱਲ ਵੀ ਦੱਸਿਆ ਸੀ ਪਹਿਲੀ ਕਲਾਸ ਦੇ ਵਿੱਚ 22 ਚਾਂਸ ਮੰਨ ਲਓ ਕੋਈ ਕੁਐਸਚਨ ਇਹੋ ਜਿਹਾ ਹੁੰਦਾ ਸਿੰਪਲੀਫਿਕੇਸ਼ਨ ਦਾ ਜਿਹੜਾ ਤੁਹਾਡੇ ਤੋਂ ਸੋਲਵ ਨਹੀਂ ਹੋ پا ਰਿਹਾ ਤਾਂ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ ਠੀਕ ਹੈ ਜੀ ਇਸ ਨੰਬਰ ਤੇ ਵਟਸਐਪ ਕਰ ਸਕਦੇ ਹੋ ਆਪਾਂ ਉਸ ਕੁਐਸ਼ਨ ਨੂੰ ਜ਼ਰੂਰ ਹੱਲ ਕਰਾਂਗੇ ਜੀ ਜਿਵੇਂ ਦੋ ਬੱਚਿਆਂ ਨੇ ਮੈਨੂੰ ਡਾਊਟ ਭੇਜੇ ਸੀ ਠੀਕ ਹੈ ਤਾਂ ਆਪਾਂ ਉਹਨਾਂ ਦਾ ਕੁਐਸ਼ਨ ਨਾਲ ਕਵਰ ਕੀਤਾ ਜੀ ਠੀਕ ਤਾਂ ਮੈਨੂੰ ਇਸ ਨੰਬਰ ਤੇ ਵਟਸਐਪ ਕਰਕੇ ਜੇ ਤੁਹਾਡਾ ਸਿੰਪਲੀਫਿਕੇਸ਼ਨ ਦਾ ਕਿਸੇ ਵੀ ਪ੍ਰਕਾਰ ਦਾ ਕੋਈ ਕੁਐਸ਼ਨ ਆ ਆਪਾਂ ਉਸ ਨੂੰ ਵੀਡੀਓ ਦੇ ਵਿੱਚ ਕਲਾਸ ਦੇ ਵਿੱਚ ਜ਼ਰੂਰ ਹੱਲ ਕਰਾਂਗੇ ਤਾਂ ਬੱਚੋ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਠੀਕ ਹੈ ਜੀ ਪਹਿਲੇ ਕੁਐਸ਼ਨ ਤੋਂ ਸਟਾਰਟ ਕਰਦੇ ਆ ਪਹਿਲਾ ਕੁਐਸ਼ਨ ਹੈ ਬੱਚੋ ਵਾਟ ਇਜ਼ ਦਾ ਨੰਬਰ ਆਫ ਜ਼ੀਰੋਜ਼ ਐਟ ਦਾ ਐਂਡ ਆਫ ਪ੍ਰੋਡਕਟ ਆਫ ਨੰਬਰ ਫਰੋਮ 1 ਟੂ 100 ਦੇਖੋ ਕਹਿੰਦਾ ਜੇ ਮੈਂ 1 ਤੋਂ ਲੈ ਕੇ 100 ਤੱਕ ਦੇ ਨੰਬਰਾਂ ਦੀ ਗੁਣਾ ਕਰਾਂ 1 ਤੋਂ ਲੈ ਕੇ 100 ਤੱਕ ਦੇ ਨੰਬਰਾਂ ਦੀ ਗੁਣਾ ਕਰਾਂ ਤਾਂ ਬੱਚੋ ਮੇਰੇ ਕੋਲੇ ਲਾਸਟ ਤੇ ਕਿੰਨੀਆਂ ਜ਼ੀਰੋਜ਼ ਬਣਨਗੀਆਂ 1 ਤੋਂ ਲੈ ਕੇ 100 ਤੱਕ ਦੇ ਨੰਬਰਾਂ ਦੀ ਗੁਣਾ ਕਰਾਂ ਤਾਂ ਮੇਰੇ ਕੋਲੇ ਕਿੰਨੀਆਂ ਜ਼ੀਰੋਜ਼ ਬਣਨਗੀਆਂ ਹੁਣ ਜ਼ੀਰੋਜ਼ ਦਾ ਮਤਲਬ ਹੁੰਦਾ ਹੈ ਆਪਣੇ ਕੋਲੇ 10 ਬਣ ਰਿਹਾ ਹੈ ਜ਼ੀਰੋਜ਼ ਦਾ ਮਤਲਬ ਹੁੰਦਾ ਹੈ ਇੱਕ ਤਰ੍ਹਾਂ ਦਾ ਬੱਚਿਓ ਆਪਣੇ ਕੋਲੇ 10 ਬਣ ਰਿਹਾ ਹੈ ਤੇ 10 ਦੇ ਜਿਹੜੇ ਫੈਕਟਰ ਹੁੰਦੇ ਨੇ 10 ਕਿਵੇਂ ਬਣਦਾ ਹੈ 2 ਗੁਣਾ 5 ਕਰਕੇ ਜੇ ਆਪਾਂ 2 ਨੂੰ 5 ਨਾਲ ਗੁਣਾ ਕਰ ਦਾਂਗੇ ਤਾਂ ਬੱਚਿਓ ਆਪਣੇ ਕੋਲੇ 10 ਬਣ ਜੂਗਾ ਤਾਂ ਇੱਕ ਜ਼ੀਰੋ ਬਣ ਜੂਗੀ ਹੁਣ ਜੇ ਮੈਂ 1 ਤੋਂ ਲੈ ਕੇ 100 ਤੱਕ ਮਲਟੀਪਲਾਈ ਕਰਦਾ ਦੇਖੋ ਮੈਨੂੰ ਚੈੱਕ ਕਰਨੇ ਪੈਣਗੇ ਵੀ ਮੇਰੇ ਕੋਲੇ ਕਿੰਨੇ ਪੰਜ ਆ ਰਹੇ ਨੇ ਕਿਉਂਕਿ ਦੋ ਦੀ ਗਿਣਤੀ ਤਾਂ ਹਮੇਸ਼ਾ ਜ਼ਿਆਦਾ ਹੁੰਦੀ ਹੈ ਨੰਬਰ ਆਫ 2 ਦੀ ਗਿਣਤੀ ਤਾਂ ਆਪਣੇ ਕੋਲੇ 19 ਹੋਊਗੀ ਹੋਊਗੀ ਜਿੰਨੇ ਪੰਜ ਦੀ ਗਿਣਤੀ ਹੋਊਗੀ ਮੈਨ ਆਪਾਂ ਨੇ ਚੈੱਕ ਕੀ ਕਰਨਾ ਆਪਣੇ ਕੋਲੇ ਪੰਜ ਦੀ ਗਿਣਤੀ ਕਿੰਨੀ ਹੈ ਤਾਂ ਬੱਚਿਓ ਇਹਨੂੰ ਕਰਨ ਦਾ ਬਹੁਤ ਈਜ਼ੀ ਤਰੀਕਾ ਹੈ ਠੀਕ ਹੈ ਕਈ ਪੇਪਰ ਦੇ ਵਿੱਚ ਕੁਐਸਚਨ ਆਇਆ ਹੋਇਆ ਹੈ ਤਾਂ ਇਹਨੂੰ ਕਰਨ ਦਾ ਤਰੀਕਾ ਕੀ ਹੈ ਦੇਖੋ ਜਿੱਥੇ ਤੱਕ ਤੁਸੀਂ ਜਾਣਾ 100 ਤੱਕ ਜਾਣਾ 1 ਤੋਂ ਲੈ ਕੇ 100 ਤੱਕ ਜਾਣਾ ਤਾਂ ਤੁਸੀਂ ਜਿਹੜਾ ਲਾਸਟ ਨੰਬਰ ਹੈ 100 ਇਸ ਨੂੰ ਬੱਚੋ 5 ਨਾਲ ਡਿਵਾਈਡ ਕਰ ਦੇਣਾ ਆਪਾਂ 100 ਨੂੰ 5 ਨਾਲ ਡਿਵਾਈਡ ਕਰੋਗੇ ਤਾਂ ਤੁਹਾਡੇ ਕੋਲੇ ਕਿੰਨਾ ਆ ਗਿਆ 20 100 ਨੂੰ 5 ਨਾਲ ਡਿਵਾਈਡ ਕਰਾਂਗੇ ਕਿੰਨਾ ਆ ਗਿਆ ਬੱਚੋ 20 ਹੁਣ ਜਿਹੜਾ ਆ ਬਣ ਗਿਆ ਇਸ ਨੂੰ ਫੇਰ 5 ਨਾਲ ਡਿਵਾਈਡ ਕਰ ਦੇਣਾ P ਨੂੰ 5 ਨਾਲ ਬੱਚੋ ਫੇਰ ਡਿਵਾਈਡ ਕਰ ਦੋ 20 ਨੂੰ 5 ਨਾਲ ਡਿਵਾਈਡ ਕਰ ਦੋਗੇ ਆਪਣੇ ਕੋਲੇ ਕਿੰਨਾ ਆ ਜੂਗਾ 4 ਅੱਗੇ ਜੇ ਮੈਂ 4 ਨੂੰ 5 ਨਾਲ ਡਿਵਾਈਡ ਕਰਾਂ 4 5 ਦੇ ਪਹਾੜੇ ਤੇ ਨਹੀਂ ਬੰਡਿਆ ਜਾਂਦਾ ਤਾਂ ਇਹਨੂੰ ਲੈਣ ਦੀ ਲੋੜ ਨਹੀਂ ਠੀਕ ਹੈ ਜੀ ਮਤਲਬ ਜਿਹੜਾ ਬਚੀ ਜਾਊਗਾ ਉਹਨੂੰ ਅੱਗੇ 5 ਦੇ ਪਹਾੜੇ ਤੇ ਬੰਡੀ ਆਣਾ ਤੇ ਜਿਹੜੇ ਆ ਨੰਬਰ ਆ ਗਏ ਇਹਨਾਂ ਸਾਰਿਆਂ ਦਾ ਜੋੜ ਕਰ ਦੇਣਾ ਤਾਂ ਦੇਖੋ 20 ਤੇ 4 ਦਾ ਆਪਾਂ ਜੋੜ ਕਰ ਦਾਂਗੇ ਉਰੇ ਤਾਂ ਆਪਣੇ ਕੋਲੇ ਕੁਝ ਆਇਆ ਹੀ ਨਹੀਂ 20 ਤੇ 4 ਦਾ ਬੱਚੋ ਜੋੜ ਕਰ ਦਾਂਗੇ ਕਿੰਨਾ ਆ ਗਿਆ ਆਪਣੇ ਕੋਲੇ 24 ਮਤਲਬ ਆਪਣੇ ਕੋਲੇ ਜਿਹੜੀਆਂ ਨੰਬਰ ਆਫ ਜ਼ੀਰੋਜ਼ ਨੇ ਉਹ ਕਿੰਨੀਆਂ ਆਣਗੀਆਂ ਜੇ ਆਪਾਂ 1 ਨੂੰ 1 ਤੋਂ ਲੈ ਕੇ 100 ਤੱਕ ਸਾਰੇ ਨੰਬਰਾਂ ਦੀ ਗੁਣਾ ਕਰਾਂਗੇ ਤਾਂ ਨੰਬਰ ਆਫ ਜ਼ੀਰੋਜ਼ ਕਿੰਨੀਆਂ ਆਣਗੀਆਂ ਆਪਣੇ ਕੋਲੇ 20 ਠੀਕ ਹੈ ਜੀ ਕੋਈ ਵੀ ਨੰਬਰ ਦੇ ਦੇ ਮੰਨ ਲਓ 1 ਤੋਂ ਲੈ ਕੇ 200 ਤੱਕ ਦੇ ਨੰਬਰ ਦੇ ਦੇ ਧਿਆਨ ਨਾਲ ਦੇਖਿਓ 1 ਤੋਂ ਲੈ ਕੇ 200 ਤੱਕ ਦੇ ਨੰਬਰ ਦੀ ਗੁਣਾਕਰਨ ਨੂੰ ਦੇ ਦੇ ਤਾਂ ਬੱਚੋ ਤੁਸੀਂ ਕੀ ਕਰਨਾ ਹੈ ਦੇਖੋ ਤੁਸੀਂ ਕੀ ਕਰਨਾ ਜਿਹੜਾ ਲਾਸਟ ਨੰਬਰ ਹੈ ਉਹਨੂੰ ਕਿਹਦੇ ਨਾਲ ਡਿਵਾਈਡ ਕਰੋਗੇ 5 ਨਾਲ 200 ਨੂੰ 5 ਨਾਲ ਡਿਵਾਈਡ ਕਰੋਗੇ ਤੁਹਾਡੇ ਕੋਲੇ ਆ ਗਿਆ 40 ਉਸ ਤੋਂ ਬਾਅਦ ਜਿਹੜਾ ਨੰਬਰ ਬਚ ਗਿਆ ਉਹਨੂੰ ਫੇਰ 5 ਨਾਲ ਡਿਵਾਈਡ 40 ਨੂੰ 5 ਨਾਲ ਡਿਵਾਈਡ ਕਰੋਗੇ ਬੱਚੋ ਕਿੰਨਾ ਆ ਗਿਆ ਦੇਖੋ ਤੁਹਾਡੇ ਕੋਲੇ 8 8 ਨੂੰ ਫੇਰ 5 ਨਾਲ ਡਿਵਾਈਡ ਕਰੋਗੇ ਦੇਖੋ ਕਿੰਨਾ ਆ ਗਿਆ ਤੁਹਾਡੇ ਕੋਲੇ 1 ਪੁਆਇੰਟਾ ਚ ਨਹੀਂ ਲੈਣਾ ਜਿੰਨਾ ਪੂਰਾ ਵੰਡਿਆ ਗਿਆ 1 ਠੀਕ ਹੈ ਅੱਗੇ ਨਹੀਂ ਵੰਡਿਆ ਜਾਊਗਾ ਜੀ 1 ਨੂੰ 5 ਤੇ ਵੰਡਾਂਗੇ ਨਹੀਂ ਵੰਡਿਆ ਜਾਂਦਾ ਤਾਂ ਇਹਨਾਂ ਦਾ ਜੋੜ ਕਰ ਦਿਓ 40 8 1 ਬੱਚਿਓ ਤੁਹਾਡੇ ਕੋਲੇ ਕਿੰਨਾ ਆ ਗਿਆ 49 ਮਤਲਬ ਜੇ ਮੈਂ 1 ਤੋਂ ਲੈ ਕੇ 200 ਤੱਕ ਦੇ ਨੰਬਰਾਂ ਦੀ ਗੁਣਾ ਕਰੂੰਗਾ ਤਾਂ ਤੁਹਾਡੇ ਕੋਲੇ ਜਿਹੜੀਆਂ ਨੰਬਰ ਆਫ ਜ਼ੀਰੋਜ਼ ਨੇ ਉਹ ਕਿੰਨੀਆਂ ਬਣਨਗੀਆਂ 49 ਤਾਂ ਬੱਚਿਓ ਇਹ ਕੁਐਸਚਨ ਕੋਈ ਕੋਈ ਹੈ ਜਿਹੜਾ ਬੱਚਾ ਪੇਪਰ ਦੇ ਵਿੱਚ ਕਰਕੇ ਆਂਦਾ ਹੈ ਮੈਕਸਿਮਮ ਬੱਚੇ ਇਸ ਤੇ ਟਾਈਮ ਵੇਸਟ ਕਰਦੇ ਨੇ ਜਾਂ ਇਸ ਕੁਐਸਚਨ ਨੂੰ ਛੱਡ ਕੇ ਆਂਦੇ ਨੇ ਠੀਕ ਹੈ ਜੀ ਤਾਂ ਜੇ ਪਹਿਲਾ ਕੁਐਸਚਨ ਪਸੰਦ ਆਇਆ ਠੀਕ ਹੈ ਇਸੇ ਤਰੀਕੇ ਦੇ ਨਾਲ ਦੇ ਅਗਲੇ-ਅਗਲੇ ਕੁਐਸਚਨ ਪੜ੍ਹੀ ਜਾਵਾਂਗੇ ਵੀਡੀਓ ਨੂੰ ਲਾਸਟ ਤੱਕ ਜਰੂਰ ਸੁਣੀਓ ਠੀਕ ਹੈ ਇੱਕ ਕੁਐਸਚਨ ਮੈਂ ਤੁਹਾਨੂੰ ਦੇ ਰਿਹਾ ਇੱਕ ਤੋਂ ਲੈ ਕੇ 300 ਤੱਕ ਦੇ ਨੰਬਰਾਂ ਦੀਆਂ ਜਿੰਨੀਆਂ ਜ਼ੀਰੋਜ਼ ਆਣਗੀਆਂ ਤੁਸੀਂ ਕਮੈਂਟ ਕਰਕੇ ਦੱਸੋਗੇ ਕਿੰਨਾ ਆਨਸਰ ਆਊਗਾ ਵੀ ਜੇ ਮੈਂ 1 ਤੋਂ ਲੈ ਕੇ 300 ਤੱਕ ਦੇ ਨੰਬਰਾਂ ਦੀ ਗੁਣਾ ਕਰਾਂ ਤਾਂ ਨੰਬਰ ਆਫ ਜ਼ੀਰੋਜ਼ ਕਿੰਨੀਆਂ ਬਣਨਗੀਆਂ ਤਾਂ ਬੱਚੋ ਇਸ ਨੂੰ ਤੁਸੀਂ ਆਪਣਾ ਆਨਸਰ ਸੋਲਵ ਕਰਕੇ ਕਮੈਂਟ ਬਾਕਸ ਦੇ ਵਿੱਚ ਆਨਸਰ ਦੱਸੋਗੇ ਵੀ ਤੁਹਾਡਾ ਆਨਸਰ ਕਿੰਨਾ ਆ ਰਿਹਾ ਹੈ ਜੀ ਚਲੋ ਠੀਕ ਹੈ ਜੀ ਆਸੀ ਆਪਣਾ ਪਹਿਲਾ ਕੁਐਸਚਨ ਨੈਕਸਟ ਕੁਐਸਚਨ ਦੇ ਚੱਲਦੇ ਆ ਨੈਕਸਟ ਕੁਐਸਚਨ ਹੈ ਬੱਚੋ ਕਹਿੰਦਾ ਔਨ ਡਿਵਾਈਡਿੰਗ 15968 ਕਹਿੰਦਾ ਜੇ ਮੈਂ 15968 ਨੂੰ ਕਿਸੇ ਵੀ ਨੰਬਰ ਨਾਲ ਡਿਵਾਈਡ ਕਰਾਂ ਤਾਂ ਤੁਹਾਡਾ ਜਿਹੜਾ ਕੋਸ਼ੀਐਂਟ ਹੈ ਉਹ ਆਉਂਦਾ ਹੈ 89 ਤੇ ਰਿਮੈਂਡਰ ਆਉਂਦਾ ਹੈ 37 ਫਾਈਂਡ ਦਾ ਡਿਵੀਜ਼ਰ ਹੁਣ ਮੈਂ ਤੁਹਾਨੂੰ ਦੱਸਦਾ ਬੱਚੋ ਪਹਿਲਾਂ ਤਾਂ ਹੁੰਦਾ ਕੀ ਕੀ ਹੈ ਦੇਖੋ ਜਿਹੜਾ ਉਰੇ ਆਪਾਂ ਨੰਬਰ ਲਿਖਦੇ ਆ ਇਹ ਹੁੰਦਾ ਹੈ ਡਿਵੀਡੈਂਡ ਠੀਕ ਹੈ ਜੀ ਡਿਵੀਡੈਂਡ ਡਿਵੀਡੈਂਡ ਕਹਿ ਦਿੰਦੇ ਨੇ ਜਾਂ ਡਿਵੀਡੈਂਡ ਜੋ ਵੀ ਕਹਿ ਲੋ ਉਰੇ ਹੁੰਦਾ ਆਪਣਾ ਡਿਵੀਜ਼ਰ ਜਿਹਦੇ ਨਾਲ ਆਪਾਂ ਡਿਵਾਈਡ ਕਰ ਰਹੇ ਹਾਂ ਜਿਸ ਦੇ ਨਾਲ ਆਪਾਂ ਡਿਵਾਈਡ ਕਰ ਰਹੇ ਹਾਂ ਬੱਚਿਓ ਉਹਨੂੰ ਕਹਿੰਦੇ ਨੇ ਡਿਵਾਈਜ਼ਰ ਜਿੰਨੇ ਤੇ ਵੰਡੇ ਆ ਗਿਆ ਉਹ ਹੁੰਦਾ ਆਪਣਾ ਕੋਸ਼ੀਐਂਟ ਠੀਕ ਹੈ ਜੀ ਵੰਡਣ ਤੋਂ ਬਾਅਦ ਜਿਹੜਾ ਬਚ ਗਿਆ ਉਹ ਹੁੰਦਾ ਬੱਚਿਓ ਰਿਮੇਂਡਰ ਜਿਹੜੀ ਬਚੀ ਹੋਈ ਵੈਲਿਊ ਹੁੰਦੀ ਆ ਉਹ ਆਪਣੇ ਕੋਲੇ ਕੀ ਹੁੰਦਾ ਹੈ ਰਿਮੇਂਡਰ ਠੀਕ ਹੈ ਤਾਂ ਹੁਣ ਆਪਣੇ ਕੋਲੇ ਕੋਈ ਨੰਬਰ ਹੈ 15968 ਇਨੂੰ ਆਪਾਂ ਬੱਚੋ ਕਿਸੇ ਨੰਬਰ ਨਾਲ ਡਿਵਾਈਡ ਕੀਤਾ ਮੰਨ ਲਓ ਐਕਸ ਨਾਲ ਆਪਾਂ ਨੇ ਡਿਵਾਈਡ ਕਰ ਰਹੇ ਹਾਂ ਤਾਂ ਆਪਣੇ ਕੋਲੇ ਬੰਡਿਆ ਕਿੰਨੇ ਚ ਵੰਡਿਆ 89 ਤੇ ਵੰਡਿਆ ਜਾਂਦਾ 89 ਤੇ ਵੰਡਣ ਤੋਂ ਬਾਅਦ ਆਪਣੇ ਕੋਲੇ ਫालतू ਕਿੰਨਾ ਬਚਦਾ ਰਿਮੇਂਡਰ ਕਿੰਨਾ ਬਚਦਾ ਬੱਚੋ 37 ਆਪਣੇ ਕੋਲੇ ਰਿਮੇਂਡਰ ਕਿੰਨਾ ਬਚ ਰਿਹਾ 37 ਮਤਲਬ ਕਹਿਣਾ ਕੀ ਚਾ ਰਿਹਾ ਐਕਸ ਨੂੰ ਜਦੋਂ ਮੈਂ 89 ਨਾਲ ਗੁਣਾ ਕਰਦਾ ਤਾਂ ਮੇਰੇ ਕੋਲੇ ਉਹ ਉਹ ਵੈਲਿਊ ਆਉਂਦੀ ਹੈ ਵੀ 15968 ਨੂੰ ਮਾਈਨਸ ਕਰਕੇ ਮੇਰੇ ਕੋਲੇ ਕਿੰਨਾ ਬਚੇ 37 ਬਚੇ ਮਤਲਬ ਮੇਰੇ ਕੋਲੇ ਉਹਦੇ ਜਿਹੜੀ ਵੈਲਿਊ ਆਊਗੀ 15968 ਦੇ ਵਿੱਚੋਂ ਬੱਚੋ ਤੁਸੀਂ 37 ਮਾਈਨਸ ਕਰ ਦਿਓ ਤਾਂ ਉਹਰੇ ਆ ਗਿਆ 15931 ਮਤਲਬ ਮੇਰੇ ਕੋਲੇ ਉਹਦੇ 15931 ਆ ਰਿਹਾ ਹੈ 15931 ਆ ਰਿਹਾ ਹੈ ਤਾਂ ਕਹਿੰਦਾ ਭਾਅ ਕੀ ਹੈ ਜੇ ਮੈਂ x ਨੂੰ 89 ਨਾਲ ਗੁਣਾ ਕਰਦਾ ਤਾਂ ਮੇਰੇ ਕੋਲੇ 15931 ਆਂਦਾ 15931 ਵੰਡਿਆ ਜਾਂਦਾ ਤੇ 15968 ਚੋਂ 15931 ਮਾਈਨਸ ਕਰਦਾ ਤਾਂ ਹੀ ਮੇਰੇ ਕੋਲੇ ਫालतू ਕਿੰਨਾ ਬਚਦਾ 37 ਤਾਂ ਬੱਚੋ ਹੁਣ ਕੀ ਕਰੋਗੇ ਆ 89 ਇਧਰ ਆ ਕੇ ਕੀ ਹੋ ਜੂਗਾ ਡਿਵਾਈਡ ਤਾਂ x ਦੀ ਵੈਲਿਊ ਕਿੰਨੀ ਹੋਗੀ 15931 ਡਿਵਾਈਡ ਬਾਈ 89 ਇਸ ਨੂੰ ਤੁਸੀਂ ਕੀ ਕਰਦੇ ਨਾ ਡਿਵਾਈਡ ਕਰ ਦੋਗੇ ਇਸ ਨੂੰ ਬੱਚੋ ਜਦੋਂ ਆਪਾਂ ਡਿਵਾਈਡ ਕਰਾਂਗੇ ਇਹ ਕਿੰਨੇ ਤੇ ਵੰਡਿਆ ਜਾਊਗਾ 179 ਤੇ ਮਤਲਬ ਆਪਣੇ ਕੋਲੇ ਜਿਹੜਾ ਡਿਵੀਜ਼ਰ ਹੈ ਉਹ ਕਿੰਨਾ ਆ ਗਿਆ 179 ਤਾਂ ਕਹਿਣਾ ਕੀ ਚਾ ਰਿਹਾ ਜੀ ਇੱਕ ਵਾਰੀ ਰਿਪੀਟ ਦੱਸ ਰਿਹਾ ਡਿਵੀਜ਼ਰ ਕੋਸ਼ਣ ਡਿਵੀਡੈਂਡ ਰਿਮੇਂਡਰ ਇਹ ਚੀਜ਼ਾਂ ਤੁਹਾਨੂੰ ਕਲੀਅਰ ਹੋਣਗੀਆਂ ਹੁਣ ਆਪਣੇ ਕੋਲੇ x ਨੂੰ ਜਦੋਂ ਮੈਂ 89 ਨਾਲ ਗੁਣਾ ਕਰਾਂ ਠੀਕ ਹੈ ਕੋਈ ਵੈਸੇ ਛੋਟਾ ਨੰਬਰ ਦੇਖੋ ਮੰਨ ਲਓ ਉਰੇ ਆਪਣੇ ਕੋਲੇ 25 ਹੈ ਉਰੇ ਆਪਣੇ ਕੋਲੇ ਬੱਚੋ 3 3 ਨੂੰ ਮੈਂ 8 ਤੇ ਵੰਡੂੰਗਾ 8 3 24 ਇਹਨੂੰ ਮਾਈਨਸ ਕਰੂੰਗਾ 1 ਬਚ ਗਿਆ ਠੀਕ ਹੈ ਜੀ ਤਾਂ ਆਪਣੇ ਕੋਲੇ ਜਿਹੜਾ ਇਹ ਆਪਣੇ ਕੋਲੇ ਮੰਨ ਲਓ ਹੁਣ ਆਪਣੇ ਕੋਲੇ ਦਿੱਤਾ ਵੀ ਇੰਨਾ ਬਚ ਰਿਹਾ ਤਾਂ ਜੇ ਮੈਂ 25 'ਚੋਂ 1 ਘਟਾ ਦੂੰਗਾ ਮੇਰੇ ਕੋਲੇ 24 ਪੂਰਾ ਵੰਡਿਆ ਜਾਂਦਾ ਤੇ 24 ਆਇਆ ਕਿਵੇਂ ਇਹਨਾਂ ਦੋਨਾਂ ਦੀ ਗੁਣਾ ਕਰਕੇ ਇਹਨਾਂ ਦੋਨਾਂ ਦੀ ਗੁਣਾ ਕਰਕੇ ਤਾਂ ਇਸੇ ਤਰੀਕੇ ਨਾਲ ਇਹਨਾਂ ਦੋਨਾਂ ਦੀ ਗੁਣਾ ਕਰਕੇ ਆਪਣੇ ਕੋਲੇ ਆ ਨੰਬਰ ਆਇਆ ਜੀ ਤਾਂ x 89 ਕਰਕੇ ਆਪਣੇ ਕੋਲੇ ਕਿੰਨਾ ਆਇਆ ਬੱਚਿਓ 15931 ਤਾਂ 89 ਨਾਲ ਜਦੋਂ ਆਪਾਂ ਡਿਵਾਈਡ ਕੀਤਾ ਤਾਂ ਆਪਣੇ ਕੋਲੇ ਆਨਸਰ ਆ ਗਿਆ 179 ਇਸ ਟਾਈਪ ਦੇ ਕੁਐਸਚਨ ਕਾਫੀ ਆਉਂਦੇ ਨੇ ਜੀ ਪੇਪਰ ਦੇ ਵਿੱਚ ਜੇ ਤੁਸੀਂ ਪ੍ਰੀਵੀਅਸ ইয়ার ਪੇਪਰ ਧਿਆਨ ਨਾਲ ਚੈੱਕ ਕਰੋਗੇ ਨੈਕਸਟ ਕੁਐਸਚਨ ਹੈ ਜੀ ਫਾਈਂਡ ਦਾ ਰਿਮੈਂਡਰ ਵੈ 9 ਦੀ ਪਾਵਰ 6 7 ਇਸ ਡਿਵਾਈਡਿਡ ਬਾਈ 8 ਹੁਣ ਇਹ ਸੀਸੀਡੀਓ ਦਾ ਪੇਪਰ ਹੋਇਆ ਸੀ ਪਿੱਛੇ ਹੀ 14 ਅਪ੍ਰੈਲ 14 ਅਗਸਟ ਦਾ ਪੇਪਰ ਸੀ ਠੀਕ ਹੈ ਜੀ 14 ਤਰੀਕ ਦਾ ਹਾਂ ਤੇ ਉਸ ਦੇ ਵਿੱਚ ਵੀ ਕੁਸ਼ਨ ਆਇਆ ਸੀ ਇਸ ਦੇ ਸ਼ਾਇਦ 14 ਸਤੰਬਰ ਦਾ ਹੀ ਪੇਪਰ ਸੀ ਜੀ ਠੀਕ ਹੈ 14 ਸਤੰਬਰ ਦਾ ਪੇਪਰ ਸੀ ਤਾਂ ਆਪਣੇ ਕੋਲੇ ਉਸ ਦੇ ਵਿੱਚ ਵੀ ਕੁਸ਼ਨ ਆਇਆ ਸੀ ਤਾਂ ਬੱਚੋ ਇੰਪੋਰਟੈਂਟ ਕੁਸ਼ਨ ਹੈ ਠੀਕ ਹੈ ਧਿਆਨ ਨਾਲ ਦੇਖੋ ਕਹਿੰਦਾ ਰਿਮੈਂਡਰ ਪਤਾ ਕਰੋ ਜਦੋਂ 9 ਦੀ ਪਾਵਰ 6 7 ਇਸ ਡਿਵਾਈਡਡ ਬਾਈ 8 ਜਦੋਂ ਆਪਾਂ ਇਸ ਨੂੰ 8 ਨਾਲ ਡਿਵਾਈਡ ਕਰੀਏ ਹੁਣ ਇਹਦਾ ਬੱਚੋ ਇੱਕ ਫਾਰਮੂਲਾ ਹੁੰਦਾ ਹੈ x ਦੀ ਪਾਵਰ n -a ਦੀ ਪਾਵਰ n is divided by ਇਹ ਪੂਰਾ ਪੂਰਾ ਵੰਡਿਆ ਜਾਂਦਾ ਕਿਸਤੇ ਵੰਡਿਆ ਜਾਂਦਾ x a ਤੇ ਠੀਕ ਹੈ x n a ਦੀ n is divided by a for all values of n n ਦੀ ਕਿਹੜੀ ਮਰਜ਼ੀ ਵੈਲਿਊ ਹੋਵੇ ਆਪਾਂ ਨੂੰ ਕੋਈ ਨਹੀਂ ਫਰਕ ਪੈਂਦਾ n ਦੀ ਮਤਲਬ n ਹੈ ਜਿਹੜਾ ਆਪਣੇ ਕੋਲ ਜਿਹੜੀ ਪਾਵਰ ਹੈ ਉਹ ਕੁਝ ਮਰਜ਼ੀ ਹੋਵੇ ਚਾਹੇ even ਹੋਵੇ ਚਾਹੇ odd ਹੋਵੇ ਕੌਣ ਇਹਨੂੰ ਬੱਚੋ ਆਪਾਂ ਨੇ ਬਣਾਉਣਾ ਕਿਵੇਂ ਆਪਾਂ ਨੇ 8 ਨਾਲ ਡਿਵਾਈਡ ਕਰਨਾ ਤੇ ਇਹਨੂੰ ਕਿਵੇਂ ਬਣਾਉਂਗੇ ਧਿਆਨ ਨਾਲ ਸੁਣੋ 9 ਦੀ ਪਾਵਰ 6 ਠੀਕ ਹੈ ਜੀ ਇਹਦੇ ਵਿੱਚ ਜੇ ਮੈਂ ਮਾਈਨਸ 1 ਕਰਦਾ ਉਸ ਤੋਂ ਬਾਅਦ ਪਲੱਸ 1 ਕਰਦਾ ਕੋਈ ਫਰਕ ਪਊਗਾ ਤੁਹਾਡੇ ਜੇਬ ਦੇ ਵਿੱਚ ਮੰਨ ਲਓ ਐਗਜ਼ਾਮਪਲ ਦੇ ਤੌਰ ਤੇ ਤੁਹਾਡੀ ਜੇਬ ਦੇ ਵਿੱਚ 500 ਰੁਪਏ ਨੇ 500 ਰੁਪਏ ਨੇ ਆਪਾਂ ਜੇ ਉਹਦੇ ਵਿੱਚ 100 ਰੁਪਿਆ ਐਡ ਕਰਨ ਤੋਂ ਬਾਅਦ 100 ਰੁਪਿਆ ਘਟਾ ਲਈਏ ਕੋਈ ਫਰਕ ਪਊਗਾ वापिस पांच सौ रह जूगा ठीक है जी चाली रुपए ने मान लो चाली है चाली दे मैं एक घटाने बाद तो जोड़ दा कोई फर्क पेगा नहीं पेगा जी तो मैंने की किया एक माइनस करता एक की कर लिया प्लस कर लिया ठीक है अगे की करा आप प्लस सैवन आ वैल्यू बन गई अपने को जी। ठीक है सै नाइन द पावर सिक्स माइनस वन प्लस वन प्लस सैवन तो हम देखो जे मैं आ वैल्यू लैके चल नाइन द पावर सिक्स ਮਾਈਨਸ ਇਹਨੂੰ ਮੈਂ 1 ਦੀ ਪਾਵਰ 6 ਲਿਖ ਸਕਦੇ ਹਾਂ ਜੀ ਕਿਉਂਕਿ 1 ਦੀ ਪਾਵਰ 6 1 ਦੀ ਕਿੰਨੀ ਮਰਜ਼ੀ ਪਾਵਰ ਹੋਵੇ 1 ਦਾ 1 ਹੀ ਰਹੂਗਾ ਪਲੱਸ 7 1 ਉਹਦੇ ਕਿੰਨਾ ਹੋ ਗਿਆ ਬੱਚੋ ਆਪਣੇ ਕੋਲੇ 8 ਹੁਣ ਇਹ ਕਿਸਤੇ ਡਿਵਾਈਡ ਹੋਊਗਾ ਇਸ ਡਿਵਾਈਡਡ ਬਾਈ ਧਿਆਨ ਨਾਲ ਦੇਖੋ ਪਹਿਲਾਂ ਤਾਂ ਜਿਹੜਾ 8 ਹੈ ਇਹ ਤਾਂ 8 ਦੇ ਪਹਾੜੇ ਤੇ ਵੰਡਿਆ ਹੀ ਜਾਊਗਾ ਤਾਂ ਇਹਦਾ ਤਾਂ ਆਪਣੇ ਕੋਲੇ ਕੰਮ ਹੀ ਖਤਮ ਹੋ ਗਿਆ 8 ਦੇ ਪਹਾੜੇ ਤੇ ਵੰਡ ਕੇ ਦੇਖਣਾ 8 ਦੇ ਪਹਾੜੇ ਤੇ ਵੰਡ ਕੇ ਦੇਖਣਾ 8 ਦੇ ਪਹਾੜੇ ਤੇ 8 ਤਾਂ ਵੰਡਿਆ ਹੀ ਜਾਊਗਾ ਤਾਂ ਇਹਦਾ ਕੰਮ ਤਾਂ ਆਪਣੇ ਕੋਲੇ ਕੀ ਹੋ ਗਿਆ ਖਤਮ ਹੀ ਹੋ ਗਿਆ ਠੀਕ ਹੈ ਹੁਣ ਆਪਣੇ ਕੋਲੇ ਬਚਿਆ ਕੀ 9 ਦੀ ਪਾਵਰ 6 1 ਦੀ ਪਾਵਰ 6 9 ਦੀ ਪਾਵਰ 6 1 ਦੀ ਪਾਵਰ 6 ਤਾਂ ਇਹਨੂੰ ਧਿਆਨ ਨਾਲ ਦੇਖੋ ਇਹ ਕਿਹਦੇ ਪਹਾੜੇ ਤੇ ਵੰਡਿਆ ਜਾਊਗਾ ਇਸ ਡਿਵਾਈਡਿਡ ਬਾਈ ਇਹਨੂੰ ਆਪਾਂ ਜੇ ਇਸ ਦੇ ਅਕੋਰਡਿੰਗ ਦੇਖੀਏ x ਦੀ ਪਾਵਰ n a ਦੀ ਪਾਵਰ n ਇਸ ਡਿਵਾਈਡਿਡ ਬਾਈ x a x ਕਿੰਨਾ ਹੋ ਗਿਆ 9 ਤੇ ਇਹ a ਕਿੰਨਾ ਹੋ ਗਿਆ 19 1 9 1 ਕਿੰਨਾ ਹੋ ਗਿਆ ਬੱਚਿਓ ਤੁਹਾਡੇ ਕੋਲੇ 8 ਮਤਲਬ 9 ਦੀ ਪਾਵਰ 6 1 ਦੀ ਪਾਵਰ 6 ਇਹ ਪੂਰੇ ਦਾ ਪੂਰਾ ਵੰਡਿਆ ਜਾਂਦਾ 8 ਦੇ ਪਹਾੜੇ ਤੇ ਜੇ ਪੂਰੇ ਦਾ ਪੂਰਾ 8 ਦੇ ਪਹਾੜੇ ਤੇ ਇਹ ਵੀ ਵੰਡਿਆ ਗਿਆ 8 ਆ ਵੀ 8 ਵੰਡਿਆ ਗਿਆ ਤਾਂ ਆਪਣੇ ਕੋਲੇ ਬੱਚਿਓ ਰਿਮੈਂਡਰ ਕਿੰਨਾ ਬਚੂਗਾ ਆਪਣੇ ਕੋਲੇ ਰਿਮੈਂਡਰ ਕੁਝ ਨਹੀਂ ਬਚਦਾ ਤਾਂ ਆਪਣੇ ਕੋਲੇ ਰਿਮੈਂਡਰ ਕਿੰਨਾ ਆਜੂਗਾ 0 ਜੇ ਆਪਣੇ ਕੋਲੇ ਪੂਰਾ ਵੰਡਿਆ ਜਾਂਦਾ ਹੋਵੇ ਤਾਂ ਆਪਣੇ ਕੋਲੇ ਰਿਮੈਂਡਰ ਕਿੰਨਾ ਆਂਦਾ ਹੁੰਦਾ ਹੈ 0 23 ਕੁਐਸਚਨ ਦਾ ਜਿਹੜਾ ਤੁਹਾਡਾ ਆਨਸਰ ਹੈ ਜੀ ਉਹ ਕਿੰਨਾ ਆ ਗਿਆ 0 ਠੀਕ ਹੈ ਜੀ ਤਾਂ ਆਪਾਂ ਨੇ ਕੀ ਕੀਤਾ ਇਸ ਵੈਲਿਊ ਦੇ ਵਿੱਚ ਆਪਾਂ ਨੇ ਕੁਐਸਚਨ ਨੂੰ ਕੀ ਕਰ ਲਿਆ ਕਨਵਰਟ ਕਰ ਲਿਆ ਜਦੋਂ ਇਸ ਵੈਲਿਊ ਦੇ ਵਿੱਚ ਕਨਵਰਟ ਕਰਾਂਗੇ ਤਾਂ ਆਪਣੇ ਕੋਲੇ ਆ ਵੈਲਿਊ ਪੂਰੀ ਬਚੀ ਗਈ ਤੇ ਆਪਣੇ ਕੋਲੇ ਬਚ ਕੁਝ ਨਹੀਂ ਰਿਹਾ ਪੂਰਾ ਵੰਡਿਆ ਜਾ ਰਿਹਾ ਤਾਂ ਆਪਣੇ ਕੋਲੇ ਬਚੋ ਰਿਮੇਂਡਰ ਕੀ ਆ ਜਾਊਗਾ 0 ਠੀਕ ਹੈ ਜੀ ਇਹ ਉਹ ਕੁਐਸਚਨ ਨੇ ਸਾਰੇ ਜਿਹੜੇ ਬਹੁਤ ਲਿਮਟਿਡ ਜਵਾਬ ਕਰਕੇ ਆਉਂਦੇ ਨੇ ਜੀ ਜਿਹੜੇ ਤੁਹਾਨੂੰ ਪੇਪਰ ਦੇ ਵਿੱਚ ਐਕਸਟਰਾ ਨੰਬਰ ਦਿਵਾਣਗੇ ਜਿਵੇਂ ਮੰਨ ਲਓ 15 ਮਾਰਕਸ ਦਾ ਮੈਥ ਹੈ ਕਿਸੇ ਵੀ ਪੇਪਰ ਜ਼ਰੂਰੀ ਨਹੀਂ ਠੀਕ ਹੈ ਮੰਨ ਲਓ ਵੈਸੀ ਐਗਜ਼ਾਮਪਲ ਦੇ ਤੌਰ ਤੇ ਕਹਿ ਰਿਹਾ 12 ਨੰਬਰ ਉਹ ਨੇ ਜਿਹੜੇ ਸਾਰੇ ਲੈ ਰਹੇ ਨੇ ਜੀ ਜਿਨ੍ਹਾਂ ਨੇ ਤਿਆਰੀ ਕੀਤੀ ਹੈ ਜਿਹੜੇ ਪੜੇ ਹੋਏ ਜਵਾਬਕ ਨੇ ਦੇਖੋ ਜਿਹੜੇ ਤਾਂ ਪੜਕ ਹੀ ਨਹੀਂ ਗਏ ਉਹਨਾਂ ਦੀ ਗੱਲ ਨਹੀਂ ਕਰ ਰਿਹਾ 12 ਕ ਨੰਬਰ ਉਹ ਹੁੰਦੇ ਨੇ ਜਿਹੜੇ ਲੈ ਲੈਂਦੇ ਨੇ ਨੰਬਰ ਜਿਨ੍ਹਾਂ ਦੀ ਤਿਆਰੀ ਹੁੰਦੀ ਹੈ ਜਿਨ੍ਹਾਂ ਦਾ ਮੈਥ ਠੀਕ ਠਾਕ ਹੈ ਜਿਹੜੇ ਆਖਰੀ ਦੇ 3 ਨੰਬਰ ਹੁੰਦੇ ਨੇ ਉਹ ਤੁਹਾਡੇ ਬੋਨਸ ਨੰਬਰ ਹੁੰਦੇ ਨੇ ਜੀਦੀ ਨੌਕਰੀ ਲੱਗਦੀ ਹੁੰਦੀ ਹੈ ਉਹ ਉਹਦੀ ਲੱਗਦੀ ਹੈ ਜਿਹੜੇ ਆ 3 ਨੰਬਰ ਲੈ ਪਾਉਂਦਾ ਸਮਝ ਆ ਗਈ ਗੱਲ ਤੁਸੀਂ ਕਈ ਵਾਰ ਦੇਖਦੇ ਹੋਵੋਗੇ ਸਰ ਜੀ ਸਾਡਾ ਅੱਧੇ ਨੰਬਰ ਤੋਂ ਪੇਪਰ ਰਹਿ ਗਿਆ 1 ਨੰਬਰ ਤੋਂ ਰਹਿ ਗਿਆ 2 ਨੰਬਰ ਤੋਂ ਰਹਿ ਗਿਆ 3 ਨੰਬਰ ਤੋਂ ਰਹਿ ਗਿਆ ਠੀਕ ਹੈ ਉਹ ਆਖਰੀ ਵਾਲੇ ਜਿਹੜੇ 1 2 ਨੰਬਰ ਹੁੰਦੇ ਨੇ ਇਹ ਬਹੁਤ ਕ੍ਰੂਸ਼ੀਅਲ ਹੁੰਦੇ ਨੇ ਜੀ ਇਹੀ ਨੰਬਰ ਲੈਣ ਲਈ ਤੁਹਾਨੂੰ ਥੋੜੇ ਜਿਹਾ ਐਕਸਟਰਾ ਐਫਰਟਸ ਕਰਨੇ ਪੈਂਦੇ ਨੇ ਠੀਕ ਹੈ ਜੀ ਠੀਕ ਤਾਂ ਥੋੜਾ ਐਫਰਟ ਸਿਰਫ ਇਹ ਐ ਮੇਰੀਆਂ ਕਲਾਸਿਸ ਨੂੰ ਸੁਣਦੇ ਰਹੋ ਮਿਹਨਤ ਮੈਂ ਆਪੀ ਕਰੀ ਆਉਂਗਾ ਬਸ ਥੋੜਾ ਕੰਮ ਐ ਤੁਸੀਂ ਇਹਨਾਂ ਕਲਾਸਿਸ ਨੂੰ ਸੁਣ ਕੇ ਆਪਣੇ ਦਿਮਾਗ ਦੇ ਵਿੱਚ ਬਿਠਾਣਾ ਅੱਧੀ ਮਿਹਨਤ ਮੈਂ ਕਰੂੰਗਾ ਅਧਿਕ ਤੁਸੀਂ ਕਰ ਲਓ ਠੀਕ ਐ ਸਾਰੀ ਤੁਹਾਨੂੰ ਕਰਨ ਦੀ ਲੋੜ ਨਹੀਂ ਚਲਿਏ ਜੀ ਠੀਕ ਐ ਬਸ ਜੇ ਵੀਡੀਓ ਪਸੰਦ ਆ ਰਹੀ ਹੈ ਕਲਾਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਫੇਰ ਵੀ ਕਿਸੇ ਨੂੰ ਕਿਸੇ ਵੀ ਕੁਐਸਚਨ ਦੇ ਵਿੱਚ ਡਾਊਟ ਹੋਇਆ ਮੈਂਨੇ ਸਟਾਰਟਿੰਗ 'ਚ ਆਪਣਾ ਨੰਬਰ ਬੋਲਿਆ ਸੀ ਮੈਨੂੰ ਉਸ ਨੰਬਰ ਤੇ ਵਟਸਐਪ ਕਰ ਸਕਦਾ ਹੈ ਕੋਲ ਨਾ ਕਰਿਓ ਕਲਾਸਿਸ ਹੁੰਦੀਆਂ ਨੇ ਆਨਲਾਈਨ ਵੀ ਆਫਲਾਈਨ ਵੀ ਤਾਂ ਉਸ ਨੰਬਰ ਤੇ ਮੈਂ ਤੁਹਾਡਾ ਰਿਪਲਾਈ ਕਰ ਦੂੰਗਾ ਜੀ ਨੈਕਸਟ ਕੁਐਸਚਨ ਸੇਮ ਉਸੇ ਨਾਲ ਦਾ ਹੀ ਕੁਐਸਚਨ ਹੈ ਠੀਕ ਹੈ ਦੋ ਕੁਐਸਚਨ ਮੈਂ ਇੱਕੋ ਨਾਲ ਦੇ ਤਾਂ ਲੈ ਕੇ ਆਇਆ ਤੁਹਾਡਾ ਥੋੜਾ ਜਿਹਾ ਕਨਸੈਪਟ ਹੋਰ ਜ਼ਿਆਦਾ ਕਲੀਅਰ ਹੋ ਜਾਊਗਾ 7 ਦੀ ਪਾਵਰ 126 ਇਸ ਡਿਵਾਈਡਿਡ ਬਾਈ 48 ਫਾਈਂਡ ਦਾ ਰਿਮੈਂਡਰ ਰਿਮੈਂਡਰ ਪਤਾ ਕਰਨਾ ਹੈ ਤਾਂ ਹੁਣ ਬੱਚੋ ਪਹਿਲਾਂ ਤਾਂ 48 ਆਉਰੇ 7 ਹੈ ਤਾ 48 ਦੇ ਲਵੇ ਲੈ ਕੇ ਜਾਓ ਤਾਂ ਜੇ ਮੈਂ 7 ਦੀ ਪਾਵਰ 126 ਹੈ ਤਾਂ ਜੇ ਇਹਨੂੰ ਮੈਂ ਇਦਾਂ ਲਿਖ ਸਕਦਾ 7 ਦਾ ਸਕੁਅਰ 126 ਦਾ ਹਾਫ ਕਰ ਦੂੰਗਾ ਉਰੇ ਮੇਰੇ ਕੋਲੇ 63 ਰਹਿ ਜਾਊਗਾ ਕਿਉਂਕਿ 63 ਨੂੰ ਜੇ ਮੈਂ 2 ਨਾਲ ਗੁਣਾ ਕਰੂੰਗਾ ਤਾਂ ਵੀ ਮੇਰੇ ਕੋਲੇ ਕਿੰਨਾ ਬਣੂਗਾ 126 ਤਾਂ 7 ਦਾ ਸਕੁਅਰ ਕਿੰਨਾ ਹੋ ਗਿਆ 49 ਦੀ ਪਾਵਰ 63 49 ਦੀ ਪਾਵਰ 63 ਪਹਿਲਾਂ ਮੈਂ ਬੱਚੋ ਉਰੇ ਤੱਕ ਬਣਾ ਲਿਆ ਹੁਣ ਇਹਨੂੰ ਅੱਗੇ ਕਿਵੇਂ ਸੋਲਵ ਕਰਨਾ ਹੈ ਠੀਕ ਹੈ ਆਪਾਂ ਹੁਣੀ ਪੜ ਕੇ ਆਇਆ x ਦੀ ਪਾਵਰ n a ਦੀ ਪਾਵਰ n ਇਸ ਡਿਵਾਈਡਡ ਬਾਈ x a ਠੀਕ ਹੈ ਜੀ ਆਪਾਂ ਹੁਣੀ ਇਹ ਚੀਜ਼ ਪੜ ਕੇ ਆਇਆ ਤਾਂ ਇਸ ਚੀਜ਼ ਨੂੰ ਬਣਾਉਣ ਲਈ ਉਰੇ ਮੈਂ ਕੀ ਕਰਦਾ -1 ਕਰ ਲੈਣਾ ਤੇ +1 ਕਰ ਲੈਣਾ ਇੱਕ ਵਾਰੀ ਮੈਂਨੇ -1 ਕਰ ਲਿਆ ਇੱਕ ਵਾਰੀ ਮੈਂਨੇ ਕੀ ਕਰ ਲਿਆ ਬੱਚਿਓ +1 ਕਰ ਲਿਆ ਤਾਂ ਦੇਖੋ ਇਹ ਮੇਰੇ ਕੋਲ ਕਿੰਨਾ ਬਣ ਗਿਆ 49 ਦੀ ਪਾਵਰ 63 -1 ਦੀ ਪਾਵਰ 63 ਪਲੱਸ 1 ਦਾ 1 ਇਦਾਂ ਹੀ ਰਹਿ ਗਿਆ ਹੁਣ ਇਹ ਡਿਵਾਈਡ ਕਿਤੇ ਹੋਊਗਾ ਦੇਖੋ ਇਸ ਡਿਵਾਈਡਡ ਬਾਈ ਇਸ ਡਿਵਾਈਡਡ ਬਾਈ 49 ਨੂੰ 48 ਨੂੰ ਆਪਾਂ ਕਿਵੇਂ ਲਿਖ ਸਕਦੇ ਆ 49 1 49 1 ਤਾਂ ਬੱਚਿਓ ਆ ਧਿਆਨ ਨਾਲ ਦੇਖੋ ਜਿਹੜੀ ਆ ਵੈਲਿਊ ਹੈ x ਦੀ x ਦੀ n a ਦੀ n ਇਹ ਪੂਰੀ ਦੀ ਪੂਰੀ ਵੰਡੀ ਜਾਊਗੀ ਕਿਤੇ ਵੰਡੀ ਜਾਊਗੀ ਅਹ x a ਤੇ ਆ ਵੈਲਿਊ ਪੂਰੀ ਪੂਰੀ ਵੰਡੀ ਜਾਊਗੀ ਇਸ ਦੇ ਪਹਾੜੇ ਤੇ ਤਾਂ ਤੁਹਾਡੇ ਕੋਲੇ ਬਚ ਕਿੰਨਾ ਗਿਆ ਬੱਚੋ 1 1 ਇਹਦੇ ਪਹਾੜੇ ਤੇ ਨਹੀਂ ਵੰਡਿਆ ਜਾਂਦਾ ਤਾਂ ਤੁਹਾਡੇ ਕੋਲੇ ਜਿਹੜਾ ਰਿਮੇਂਡਰ ਆ ਉਹ ਕਿੰਨਾ ਬਚ ਗਿਆ 1 ਤਾਂ ਬੱਚੋ ਤੁਹਾਡੇ ਕੋਲੇ ਜਿਹੜਾ ਇਸ ਕੁਐਸਚਨ ਦਾ ਆਨਸਰ ਹੈ ਉਹ ਕਿੰਨਾ ਆਜੂਗਾ 1 ਕੁਐਸਚਨ ਈਜ਼ੀ ਨੇ ਬਸ ਤੁਸੀਂ ਇਸ ਤੋਂ ਪਹਿਲਾਂ ਕਦੇ ਪੜ੍ਹੇ ਹੀ ਨਹੀਂ ਹੈਗੇ ਹੋਰ ਕੁਝ ਨਹੀਂ ਹੈਗਾ ਠੀਕ ਹੈ ਜੀ ਚਲੋ ਨੈਕਸਟ ਕੁਐਸਚਨ ਹੈ ਜੀ ਇੰਪੋਰਟੈਂਟ ਕੁਐਸਚਨ ਹੈ ਪੰਜਾਬ ਦੇ PS TET ਦੇ ਸਾਰੇ ਪੇਪਰਾਂ ਦੇ ਵਿੱਚ ਇਹ ਕੁਸ਼ਣ ਪੁੱਛਿਆ ਜਾਂਦਾ ਹੈ 78 3945 ਇਸ ਡਿਵਾਈਡਡ ਬਾਈ 11 ਵੈਨ ਸਟਾਰ ਇਸ ਅ ਡਿਜੀਟ ਸਟਾਰ ਦੀ ਵੈਲਿਊ ਪਤਾ ਕਰਨੀ ਹੈ ਪਹਿਲਾਂ ਤਾਂ ਬੱਚੋ 11 ਦਾ ਡਿਵੀਜ਼ਿਬਿਲਟੀ ਰੂਲ ਆਉਣਾ ਚਾਹੀਦਾ 11 ਦਾ ਡਿਵੀਜ਼ਿਬਿਲਟੀ ਰੂਲ ਕੀ ਹੁੰਦਾ ਸਮ ਆਫ ਓਡ ਪਲੇਸ ਡਿਜੀਟ ਜਿੰਨੀਆਂ ਵੀ ਓਡ ਪਲੇਸ ਡਿਜੀਟ ਨੇ ਉਹਨਾਂ ਦਾ ਜੋੜ ਕਰ ਦਿਓ ਮਾਈਨਸ ਸਮ ਆਫ ਈਵਨ ਪਲੇਸ ਡਿਜੀਟ ਈਵਨ ਤੇ ਜਿਹੜੇ ਈਵਨ ਪਲੇਸ ਡਿਜੀਟ ਨੇ ਉਹਨਾਂ ਦਾ ਜੋੜ ਕਰ ਦੋ ਇਹਦਾ ਜਿਹੜਾ ਡਿਫਰੈਂਸ ਆ ਉਹ ਕਾਦੇ ਬਰਾਬਰ ਆਣਾ ਚਾਹੀਦਾ ਬੱਚੋ ਜ਼ੀਰੋ ਆਵੇ ਜਾਂ ਫਿਰ ਮਲਟੀਪਲ ਆਫ 11 ਜਾਂ ਫਿਰ 11 ਦਾ ਮਲਟੀਪਲ ਆਵੇ 11 ਦਾ ਮਲਟੀਪਲ ਮਤਲਬ 11 22 33 44 ਇਸ ਤਰੀਕੇ ਨਾਲ ਆਵੇ ਤਾਂ ਹੁਣ ਆਪਣੇ ਕੋਲੇ ਜਿਹੜਾ ਨੰਬਰ ਹੈ 78 ਸਟਾਰ 3945 ਤਾਂ ਤੁਸੀਂ ਇਹਨੂੰ ਕਿਵੇਂ ਕਰਨਾ ਹੈ ਦੇਖੋ ਪਹਿਲਾ ਤਾਂ ਓਡ ਪਲੇਸ ਡਿਜੀਟ ਓਡ ਡਿਜੀਟ ਨਹੀਂ ਕਿਹਾ ਜੀ ਮੈਨੇ ਐ ਨਾ ਹੋਵੇ ਕੋਲੇ ਓਡ ਡਿਜੀਟ ਲੈ ਲਓ ਈਵਨ ਡਿਜੀਟ ਲੈ ਲਓ ਓਡ ਪਲੇਸ ਓਡ ਸਥਾਨ ਵਾਲੇ ਡਿਜੀਟ ਤੇ ਈਵਨ ਸਥਾਨ ਵਾਲੇ ਡਿਜੀਟ ਤਾਂ ਇਹਦੇ ਵਿੱਚ ਕਿਹੜੇ-ਕਿਹੜੇ ਨੰਬਰ ਲੋਂਗੇ ਜੀ ਤੁਸੀਂ ਦੇਖੋ 5 ਲਾਸਟ ਤੋਂ ਸ਼ੁਰੂ ਕਰਨਾ ਹੈ ਫੇਰ ਇੱਕ ਛੱਡ ਕੇ ਜਿਹੜਾ ਨੰਬਰ ਆ ਰਿਹਾ 9 ਫੇਰ ਇੱਕ ਛੱਡ ਕੇ ਜਿਹੜਾ ਨੰਬਰ ਆ ਰਿਹਾ ਸਟਾਰ ਫੇਰ ਇੱਕ ਛੱਡ ਕੇ ਜਿਹੜਾ ਨੰਬਰ ਆ ਰਿਹਾ 7 ਮਤਲਬ ਇੱਕ ਇੱਕ ਛੱਡ ਕੇ ਜਿਹੜੇ ਨੰਬਰ ਆ ਰਹੇ ਨੇ ਤਾਂ ਤੁਹਾਡੇ ਕੋਲੇ 7 ਪਲਸ ਸਟਾਰ ਪਲਸ 9 ਪਲਸ 5 ਆ ਨੰਬਰਾਂ ਦਾ ਜੋੜ ਕਰਤਾ ਮਾਈਨਸ ਈਵਨ ਪਲੇਸ ਡਿਜੀਟ ਈਵਨ ਪਲੇਸ ਡਿਜੀਟ ਜਿਹੜੇ ਤੁਹਾਡੇ ਕੋਲੇ ਬਚ ਗਏ ਕਿਹੜੇ ਕਿਹੜੇ ਬਚ ਗਏ 8 3 4 ਠੀਕ ਹੈ ਇਹਨਾਂ ਦਾ ਜਿਹੜਾ ਡਿਫਰੈਂਸ ਹੈ ਕਾਦੇ ਬਰਾਬਰ ਆਵੇ ਜਾਂ ਤਾਂ 0 ਦੇ ਬਰਾਬਰ ਆਵੇ ਜਾਂ 11 ਦੇ ਮਲਟੀਪਲ ਦੇ ਬਰਾਬਰ ਆਵੇ ਤਾਂ ਪਹਿਲਾਂ ਇਹਨੂੰ ਸੋਲਵ ਕਰਦੇ ਆ 7 ਤੇ 9 16 ਤੇ 5 21 ਸਟਾਰ ਮਾਈਨਸ 8412 ਤੇ 315 8412 ਤੇ 315 ਤਾਂ ਬੱਚੋ 21 ਚੋਂ 15 ਘਟਾਉਂਗੇ ਤੁਹਾਡੇ ਕੋਲੇ 6 ਪਲੱਸ ਸਟਾਰ ਬਣ ਗਿਆ ਹੁਣ 6 ਪਲੱਸ ਸਟਾਰ ਹੁਣ ਸਟਾਰ ਦੀ ਜਗ੍ਹਾ ਤੇ ਜਾਤਾ ਮਾਈਨਸ 6 ਆਵੇ ਮਾਈਨਸ 6 ਆਪਾਂ ਵਿਚਾਲੇ ਲੈ ਨਹੀਂ ਸਕਦੇ ਤਾਂ 6 ਪਲੱਸ ਸਟਾਰ ਉਹਦੇ ਸਟਾਰ ਦੀ ਜਗ੍ਹਾ ਤੇ ਕਿੰਨਾ ਲਗਾਈਏ ਵੀ ਤੁਹਾਡਾ ਇਹ ਨੰਬਰ 11 ਦੇ ਪਹਾੜੇ ਤੇ ਵੰਡਿਆ ਜਾਵੇ ਤਾਂ ਬੱਚੋ ਚਾਹੇ ਬਾਈ ਆਪਸ਼ਨ ਦੇਖੋ 6 ਪਲੱਸ ਉਹਦੇ ਸਟਾਰ ਦੀ ਜਗ੍ਹਾ ਤੇ 5 ਜਾਊਗਾ ਤਾਂ 6 ਤੇ 5 ਕਿੰਨਾ ਬਣ ਗਿਆ 11 11 11 ਦੇ ਪਹਾੜੇ ਤੇ ਵੰਡਿਆ ਜਾਊਗਾ ਤਾਂ ਸਟਾਰ ਦੀ ਜਗ੍ਹਾ ਤੇ ਤੁਹਾਡੇ ਕੋਲੇ ਕਿੰਨਾ ਆਣਾ ਚਾਹੀਦਾ ਜੀ 5 ਆਣਾ ਚਾਹੀਦਾ ਉਰੋਂ ਬਾਇ 옵ਸ਼ਨ ਆਪਾਂ ਚੱਕ ਸਕਦੇ ਆ ਕਿਉਂਕਿ ਜੇ ਮੈਂ 0 ਲਗਾਊਗਾ 6 0 6 6 11 ਦੇ ਪਹਾੜੇ ਤੇ ਨਹੀਂ ਵੰਡਿਆ ਜਾਂਦਾ 1 ਲਗਾਊਗਾ 6 ਤੇ 1 7 11 ਦੇ ਪਹਾੜੇ ਤੇ ਨਹੀਂ ਵੰਡਿਆ ਜਾਂਦਾ 3 ਲਗਾਊਗਾ 6 ਤੇ 3 9 11 ਦੇ ਪਹਾੜੇ ਤੇ ਨਹੀਂ ਵੰਡਿਆ ਜਾਂਦਾ ਸਿਰਫ ਜੇ ਮੈਂ 5 ਲਗਾਊਗਾ ਤਾਂ ਇਹ ਨੰਬਰ ਕਿਦੇ ਪਹਾੜੇ ਤੇ ਵੰਡਿਆ ਜਾਂਦਾ ਹੈ 11 ਦੇ ਪਹਾੜੇ ਤੇ ਵੰਡਿਆ ਜਾਂਦਾ ਹੈ ਚਲਿਏ ਜੀ ਨੈਕਸਟ ਕੁਐਸਚਨ ਨੈਕਸਟ ਹੈ ਜੀ ਫਾਈਂਡ ਦਾ ਲੀਸਟ 6 ਡਿਜੀਟ ਨੰਬਰ ਵਿਚ ਇਜ਼ ਐਗਜੈਕਟਲੀ ਡਿਵੀਜ਼ੀਬਲ ਬਾਈ 349 ਕਟ ਛੋਟੇ ਤੋਂ ਛੋਟਾ 6 ਡਿਜੀਟ ਦਾ ਨੰਬਰ ਜਿਹੜਾ ਤੁਹਾਡੇ ਕੋਲੇ 349 ਦੇ ਪਹਾੜੇ ਤੇ ਵੰਡਿਆ ਜਾਂਦਾ ਤਾਂ ਬੱਚਿਓ ਇਹਨੂੰ ਕਰਨ ਦਾ ਤਰੀਕਾ ਕੀ ਹੈ ਸਭ ਤੋਂ ਛੋਟਾ 3 ਡਿਜੀਟ ਨੰਬਰ ਲੈ ਲਓ 6 ਡਿਜੀਟ ਨੰਬਰ ਲੈ ਲਓ ਸਭ ਤੋਂ ਛੋਟਾ 6 ਡਿਜੀਟ ਨੰਬਰ ਹੋ ਗਿਆ ਆਪਣੇ ਕੋਲੇ 1 ਲੱਖ ਠੀਕ ਹੈ ਜੀ ਇਹ ਤੋਂ ਛੋਟਾ ਇਹ ਤਾਂ ਛੋਟਾ ਜਾਵਾਂਗੇ ਇੱਕ ਵੀ ਘਟਾਵਾਂਗੇ ਤਾਂ ਆਪਣੇ ਕੋਲੇ 5 ਡਿਜੀਟ ਚ ਨੰਬਰ ਆ ਜਾਊਗਾ ਤਾਂ ਇਹਨੂੰ ਆਪਾਂ ਡਿਵਾਈਡ ਕਰ ਦੋ 349 ਨਾਲ ਇਹਨੂੰ ਬੱਚਿਓ ਆਪਾਂ 349 ਨਾਲ ਡਿਵਾਈਡ ਕਰਦੇ ਹਾਂ ਤਾਂ ਦੇਖੋ ਜਦੋਂ ਆਪਾਂ ਡਿਵਾਈਡ ਕਰਾਂਗੇ ਪਹਿਲਾਂ 2 ਦੇ ਪਹਾੜੇ ਤੇ ਵੰਡਾਂਗੇ ਇਹ ਆ ਗਿਆ 698 ਠੀਕ ਹੈ ਜੀ ਮਾਈਨਸ ਕਰ ਦਾਂਗੇ 302 1 ਜ਼ੀਰੋ ਕੈਰੀ ਕਰ ਲਾਂਗੇ 3020 ਬਣ ਗਿਆ ਫਿਰ 8 ਦੇ ਪਹਾੜੇ ਤੇ ਵੰਡ ਦਾਂਗੇ ਜੀ 8 ਦੇ ਪਹਾੜੇ ਤੇ ਵੰਡ ਦਾਂਗੇ ਬੱਚਿਓ 2792 ਏ ਮਾਈਨਸ ਕਰਕੇ ਤੁਹਾਡੇ ਕੋਲੇ ਆ ਜਾਊਗਾ 228 228 ਫਿਰ ਆਹ ਜ਼ੀਰੋ ਕੈਰੀ ਕਰ ਲਾਂਗੇ ਜ਼ੀਰੋ ਲਗਾ ਦਾਂਗੇ 2280 ਫਿਰ ਆਪਾਂ 6 ਦੇ ਪਹਾੜੇ ਤੇ 6 ਦੇ ਪਹਾੜੇ ਤੇ ਵੰਡ ਦਾਂਗੇ ਇਹ ਵੰਡੇ ਇਹ ਆ ਜਾਊਗਾ 2094 ਤਾਂ ਮਾਈਨਸ ਕਰਕੇ ਬਚ ਗਿਆ ਜੀ ਤੁਹਾਡੇ ਕੋਲੇ 186 ਤਾਂ ਬੱਚੋ ਤੁਹਾਡੇ ਕੋਲੇ 186 186 ਦਾ ਮਤਲਬ ਹੁੰਦਾ ਆਹ ਜਿਹੜਾ ਰਿਮੈਂਡਰ ਬਚ ਗਿਆ ਰੀਮੈਂਡਰ ਬਚ ਗਿਆ ਮਤਲਬ ਇਹ 186 ਇਹਦੇ ਵਿੱਚ ਫालतੂ ਆ ਮਤਲਬ ਜਿਹੜਾ ਪੁਰਾਣਾ ਨੰਬਰ ਜਿਹੜਾ ਛੋਟ ਇਸ ਤੋਂ ਛੋਟਾ ਨੰਬਰ ਜਿਹੜਾ 349 ਦੇ ਪਹਾੜੇ ਤੇ ਵੰਡਿਆ ਜਾਂਦਾ ਸੀ ਉਹ 100 ਉਹਦੇ ਵਿੱਚ 186 ਨੰਬਰ ਜ਼ਿਆਦਾ ਜੋੜ ਕੇ 1 ਲੱਖ ਬਣ ਰਿਹਾ ਤਾਂ ਤੁਸੀਂ ਕੀ ਕਰਨਾ ਹੈ 349 ਚੋਂ 186 ਪਹਿਲਾਂ ਤਾਂ ਮਾਈਨਸ ਕਰ ਦਿਓ 186 ਮਾਈਨਸ ਕਰੋਂਗੇ 163 ਬਣ ਗਿਆ ਤਾਂ ਜਿਹੜਾ ਹ 163 ਹੈ ਬੱਚੋ ਆ 1 ਲੱਖ ਦੇ ਵਿੱਚ ਜੋੜ ਦੋ ਤਾਂ ਜਿਹੜਾ ਵੀ ਨੰਬਰ ਬਣੂਗਾ ਉਹ ਤੁਹਾਡੇ ਕੋਲੇ 349 ਦੇ ਪਹਾੜੇ ਤੇ ਵੰਡਿਆ ਜਾਊਗਾ ਜੀ 100 163 ਆਹਾਂ ਨੰਬਰ ਬੱਚੋ ਤੁਹਾਡੇ ਕੋਲੇ ਕਿਦੇ ਪਹਾੜੇ ਤੇ ਵੰਡਿਆ ਜਾਊਗਾ ਠੀਕ ਹੈ ਜੀ 349 ਦੇ ਪਹਾੜੇ ਤੇ ਤੇ ਕਿੰਨੇ ਤੇ ਵੰਡਿਆ ਜਾਊਗਾ 287 ਤੇ ਕਿਉਂਕਿ 286 ਤੇ ਜਿਹੜਾ ਵੰਡਿਆ ਜਾਂਦਾ ਉਹ 1 ਲੱਖ ਤੋਂ ਘੱਟ ਵੈਲਿਊ ਬਣਦੀ ਹੈ ਠੀਕ ਹੈ 1 ਲੱਖ ਤੋਂ ਘੱਟ ਵੈਲਿਊ ਬਣਦੀ ਹੈ ਤੇ ਉਹਦੇ ਵਿੱਚ 186 ਜ਼ਿਆਦਾ ਹੈ 186 ਜ਼ਿਆਦਾ ਬਟ ਆਪਾਂ ਨੂੰ ਕਿੰਨਾ ਜ਼ਿਆਦਾ ਚਾਹੀਦਾ ਉਹਦੇ ਵਿੱਚ 349 ਜ਼ਿਆਦਾ ਚਾਹੀਦਾ ਤਾਂ 349 ਚੋਂ 186 ਘਟਾ ਕੇ ਦੇਖਿਓ ਆਪਣੇ ਕੋਲੇ ਕਿੰਨਾ ਘੱਟ ਹੈ 163 ਘੱਟ ਹੈ ਤਾਂ ਆਪਾਂ ਨੇ 163 ਜਿੰਨਾ ਘੱਟ ਸੀ ਉਹਨਾਂ ਨੰਬਰ ਆਪਾਂ ਨੇ ਕੀ ਕਰਤਾ ਐਡ ਔਨ ਕਰਤਾ ਤਾਂ ਆਪਣੇ ਕੋਲੇ ਜਿਹੜਾ ਵੀ ਨੰਬਰ ਬਣਿਆ ਉਹ ਨੰਬਰ ਆਪਣੇ ਕੋਲੇ ਬੱਚੋ ਜੁੜ ਜਾਊਗਾ ਚਲਿਏ ਜੀ ਨੈਕਸਟ ਕੁਐਸਚਨ ਆਊਟ ਆਫ ਦਾ ਫ੍ਰੈਕਸ਼ਨ ਵਿਚ ਇਜ਼ ਦਾ ਲਾਰਜੈਸਟ ਦੇ ਕੁਸ਼ਚਨ ਬੇਸਿਕ ਕੁਸ਼ਚਨ ਹੈ ਜੀ ਤੇ ਲਗਭਗ ਕਾਫੀ ਪੇਪਰਾਂ ਦੇ ਵਿੱਚ ਪੁੱਛਿਆ ਜਾਂਦਾ ਕਰਨ ਦਾ ਤਰੀਕਾ ਸਿੰਪਲ ਹੈ 9/37 ਹੈ ਸਿੰਪਲ ਡਿਵਾਈਡ ਕਰਕੇ ਦੇਖ ਲਓ ਜੀ ਅਨਸਰ ਆ ਜੂਗਾ ਦੇਖੋ ਡਿਵਾਈਡ ਕਿਵੇਂ ਕਰਨੀ ਹੈ 6/23 4/11 7/25 ਡਿਵਾਈਡ ਕਿਵੇਂ ਕਰਨੀ ਹੈ ਪਹਿਲਾਂ ਸਾਰਿਆਂ ਦੇ ਉੱਪਰ ਇੱਕ ਇੱਕ ਜ਼ੀਰੋ ਲਗਾ ਲਓ ਸਾਰਿਆਂ ਦੇ ਉੱਪਰ ਇੱਕ ਇੱਕ ਜ਼ੀਰੋ ਲਗਾਉਣ ਤੋਂ ਬਾਅਦ ਬੱਚੋ 90 ਨੂੰ 37 ਨਾਲ ਵੰਡ ਦੋ 90 ਨੂੰ 37 ਨਾਲ ਵੰਡੋਂਗੇ 2.43 ਲਗਭਗ 2.43 ਆ ਜਾਊਗਾ 3 ਨੂੰ 17 ਨਾਲ ਵੰਡੋਂਗੇ 1.76 ਤੁਹਾਡੇ ਕੋਲੇ ਵੈਲਿਊ ਆ ਜਾਊਗੀ ਜੀ 1.76 60 ਨੂੰ 23 ਨਾਲ ਵੰਡੋਂਗੇ 2.60 ਲਗਭਗ ਲਗਭਗ ਵੈਲਿਊ ਆ ਜਾਊਗੀ 2.60 ਇਸ ਨੂੰ ਵੰਡੋਂਗੇ ਜੀ 3.63 23 ਨੂੰ ਵੰਡੋਂਗੇ ਬੱਚੋ 2.8 ਦਾ ਇੰਨਾ ਚੋਂ ਜੇ ਪੁੱਛਿਆ ਸਭ ਤੋਂ بڑا ਕੌਣ ਹੈ ਤਾਂ ਬੱਚੋ ਸਭ ਤੋਂ بڑا ਕੌਣ ਹੈ ਤੁਹਾਡੇ ਕੋਲੇ ਪਤਾ ਲੱਗ ਰਿਹਾ ਹੈ 4/11 ਸਭ ਤੋਂ بڑا ਕੀ ਆ ਗਿਆ 4/11 ਜੇ ਪੁੱਛਿਆ ਹੁੰਦਾ ਸਭ ਤੋਂ ਛੋਟਾ ਕੌਣ ਹੈ ਸਭ ਤੋਂ ਛੋਟਾ ਕੀ ਆ ਜਾਂਦਾ 30/17 ਤਾਂ ਸਿੰਪਲ 3/17 ਸਿੰਪਲ ਡਿਵਾਈਡ ਕਰਕੇ ਦੇਖ ਲਓ ਜੀ ਸਭ ਤੋਂ ਈਜ਼ੀ ਤਰੀਕਾ ਹੈ ਤੇ ਕੁਐਸਚਨ ਕਾਫੀ ਪੇਪਰਾਂ ਦੇ ਵਿੱਚ ਪੁੱਛਿਆ ਜਾਂਦਾ ਜੀ ਠੀਕ ਹੈ ਜੀ ਚਲੋ ਨੈਕਸਟ ਕੁਐਸਚਨ ਕਈ ਬੱਚੇ ਮੈਨੇ ਦੇਖਿਆ ਜੀ ਪੁਆਇੰਟਾਂ ਨੂੰ ਦੇਖ ਕੇ ਹੀ ਕਨਫਿਊਜ਼ ਹੋ ਜਾਂਦੇ ਨੇ ਮਤਲਬ ਜਦੋਂ ਪੁਆਇੰਟ ਆਲਾ ਕੋਈ ਕੁਐਸਚਨ ਆ ਜੇ ਉਹਨੂੰ ਦੇਖ ਕੇ ਹੀ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ ਵੀ ਬਸ ਇਹ ਨਹੀਂ ਸਾਡੇ ਤੋਂ ਹੋਣਾ ਤਾਂ ਹੋਊਗਾ ਨਾ ਬਣਾਓ ਹੁਣ ਸਾਡੇ ਕੋਲੇ ਕਈ ਆਫਲਾਈਨ ਬੱਚੇ ਆਉਂਦੇ ਨੇ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸਦਾ ਕੀ ਹੁੰਦਾ ਕੋਈ ਟੌਪਿਕ ਨਾ ਜੇ ਉਹਨਾਂ ਨੂੰ ਕਹਿ ਦੋ ਵੀ ਇਹ ਰੀਜ਼ਨਿੰਗ ਦਾ ਹੈ ਤਾਂ ਉਹ ਕਰ ਲੈਣਗੇ ਜੇ ਉਹੀ ਟੌਪਿਕ ਉਹਨਾਂ ਨੂੰ ਕਹਿ ਦੋ ਮੈਥ ਦਾ ਤਾਂ ਉਹ ਜਫਸ ਜਾਣਗੇ ਤਾਂ ਮੈਥ ਨੂੰ ਤੁਸੀਂ ਆਪਣੇ ਮਨ ਦਾ ਡਰ ਬਣਾਇਆ ਹੋਇਆ ਹੋਰ ਕੁਝ ਨਹੀਂ ਹੈਗਾ ਜੀ ਜੇ ਇਸ ਡਰ ਨੂੰ ਤੁਸੀਂ ਕੱਢ ਦੋਗੇ ਤਾਂ ਮੈਥ ਵੀ ਈਜ਼ੀ ਹੈ ਤੁਸੀਂ ਸਾਰੇ ਜਾਣੇ ਕਰ ਸਕਦੇ ਹੋ ਚਲੋ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਹੁਣ ਬੱਚੋ ਇਹਨੂੰ ਕਰਨ ਦਾ ਤਰੀਕਾ ਕੀ ਹੈ ਪੁਆਇੰਟ ਵਾਲੀਆਂ ਵੈਲਿਊ ਦੇ ਜ਼ੀਰੋ ਨੀਚੇ ਲਗਾ ਦਾਂਗੇ ਉੱਪਰ ਵਾਲੀਆਂ ਦੇ ਨੀਚੇ ਵਾਲੀਆਂ ਦੇ ਜ਼ੀਰੋ ਆਪਾਂ ਕੀ ਕਰ ਦਾਂਗੇ ਉੱਪਰ ਲਗਾ ਦਾਂਗੇ ਤਾਂ ਕੀ ਬਣ ਗਿਆ ਦੇਖੋ 625 ਗੁਣਾ ਪਹਿਲਾਂ ਤਾਂ ਵੈਲਿਊ ਲਿਖ ਲਓ 729 289 81 25 17 ਹੁਣ ਦੇਖੋ ਹੇ ਨੀਚੇ ਵਾਲਿਆਂ ਦੀ ਆ ਜ਼ੀਰੋ ਜੀ ਉੱਪਰ ਜਾਣਗੇ ਨੀਚੇ ਉਰੇ ਪੁਆਇੰਟ ਤੋਂ ਬਾਅਦ ਚਾਰ ਡਿਜੀਟ ਨੇ ਪੁਆਇੰਟ ਤੋਂ ਬਾਅਦ ਬੱਚੋ ਚਾਰ ਡਿਜੀਟ ਨੇ ਤਾਂ ਚਾਰ ਜ਼ੀਰੋਆਂ ਲੈ ਜੋ ਉਰੇ ਪੁਆਇੰਟ ਤੋਂ ਬਾਅਦ ਬੱਚੋ ਤਿੰਨ ਡਿਜੀਟ ਨੇ ਪੁਆਇੰਟ ਤੋਂ ਬਾਅਦ ਤਿੰਨ ਡਿਜੀਟ ਨੇ ਤਾਂ ਤਿੰਨ ਜ਼ੀਰੋਆਂ ਲੈ ਜੋ ਉਰੇ ਪੁਆਇੰਟ ਤੋਂ ਬਾਅਦ ਇੱਕ ਡਿਜੀਟ ਹੈ ਤਾਂ ਇੱਕ ਜ਼ੀਰੋ ਲੈ ਜੋ ਇਸੇ ਤਰੀਕੇ ਨਾਲ ਉੱਪਰ ਦੇਖਦੇ ਆ ਪੁਆਇੰਟ ਤੋਂ ਬਾਅਦ ਉਰੇ ਬੱਚੋ ਤਿੰਨ ਡਿਜੀਟ ਨੇ ਪੁਆਇੰਟ ਤੋਂ ਬਾਅਦ ਤਿੰਨ ਡਿਜੀਟ ਨੇ ਤਿੰਨ ਜ਼ੀਰੋਆਂ ਉਰੇ ਪੁਆਇੰਟ ਤੋਂ ਬਾਅਦ ਚਾਰ ਡਿਜੀਟ ਨੇ ਤਾਂ ਚਾਰ ਜ਼ੀਰੋਆਂ ਉਰੇ ਪੁਆਇੰਟ ਤੋਂ ਬਾਅਦ ਇੱਕ ਡਿਜੀਟ ਹੈ ਤਾਂ ਇੱਕ ਜ਼ੀਰੋ ਤਾਂ ਇਹਨੂੰ ਕੱਟ ਦਿਓ ਜੀ ਆ 10 ਨਾਲ 10 ਕੱਟ ਗਿਆ 1000 ਨਾਲ 1000 ਕੱਟ ਗਿਆ 4 ਜੀ ਨਾਲ 4 ਜੀਰੋਸ ਮਤਲਬ ਸਾਰੀਆਂ ਜ਼ੀਰੋ ਆਪਸ ਦੇ ਵਿੱਚ ਵੰਡੀਆਂ ਗਈਆਂ ਹੁਣ ਅੱਗੇ ਵੰਡ ਦਿਓ 25 25 ਦਾ 625 ਹੁੰਦਾ 17 ਦੇ ਪਹਾੜੇ ਤੇ 17 17 ਦਾ 289 81 ਨੂੰ 729 ਤੇ ਵੰਡੋਗੇ ਕਿੰਨੇ ਤੇ ਗਿਆ 9 ਤੇ ਤਾਂ ਬੱਚੋ ਇਹਨਾਂ ਤਿੰਨਾਂ ਦੀ ਗੁਣਾ ਕਰ ਦਿਓ ਤੁਹਾਡੇ ਕੋਲੇ ਆ ਜਾਊਗਾ 3825 25 ਨੂੰ ਤੇ 17 ਦੀ ਗੁਣਾ ਕਰ ਦੋਗੇ ਤੁਹਾਡੇ ਕੋਲੇ ਜਿਹੜਾ ਆਨਸਰ ਹੈ ਉਹ ਕਿੰਨਾ ਬਣ ਜੂਗਾ 3825 ਠੀਕ ਹੈ ਜੀ ਤਾਂ ਕੁਐਸਚਨ ਆਪਣੇ ਕੋਲੇ ਇਸ ਤਰੀਕੇ ਨਾਲ ਸੋਲਵ ਹੋ ਜੂਗਾ ਨੈਕਸਟ ਹੈ ਜੀ ਕਹਿੰਦਾ ਵਟ ਵੈਲਿਊ ਵਿਲ ਰਿਪਲੇਸ ਦਾ ਕੁਐਸਚਨ ਮਾਰਕ ਇਨ ਦਾ ਫੋਲੋਇੰਗ ਇਕੁਏਸ਼ਨ ਕੁਐਸਚਨ ਮਾਰਕ ਦੀ ਜਗ੍ਹਾ ਤੇ ਕੀ ਲਗਾਈਏ ਵੀ ਆਪਣਾ ਆਨਸਰ ਆ ਜਾ ਦੇਖੋ ਕੁਐਸਚਨ ਮਾਰਕ ਨੂੰ x ਮੰਨ ਲਓ ਤਾਂ ਜਿਹੜੀਆਂ ਵੈਲਿਊਜ਼ ਨੇ ਬਾਕੀ ਦੀਆਂ ਚੱਕ ਕੇ ਇੱਧਰ ਲੈ ਜਾਓ ਤਾਂ x ਦੀ ਵੈਲਿਊ ਕਿੰਨੀ ਬਣ ਗਈ ਬੱਚੋ 13 2/5 ਆ 4 1/2 - 3 1/6 2 1/3 ਆ ਵੈਲਿਊ ਬਣ ਜੂਗੀ ਤੁਹਾਡੇ ਕੋਲੇ ਤਾਂ ਬਾਕੀ ਦਾ ਕੁਐਸਚਨ ਮੈਂ ਤੁਹਾਨੂੰ ਕਰਨਾ ਕੱਲ ਦੱਸਿਆ ਸੀ ਵੀ ਜਿਹੜੀਆਂ ਮੂਰੇ ਵਾਲੀਆਂ ਵੈਲਿਊ ਹੁੰਦੀਆਂ ਨੇ ਇਹਨਾਂ ਨੂੰ ਅਲੱਗ ਕੱਢ ਲਿਆ ਕਰੋ 13 4 3 2 ਇਹਨਾਂ ਨੂੰ ਅਲੱਗ ਕੱਢ ਲਓ ਉਰੇ ਸਾਈਨ ਲਗਾਉਣਾ ਪਲੱਸ ਦਾ ਬਚਿਆ ਕਿ 2/5 1/2 -1/6 -1/3 ਇਸ ਤਰੀਕੇ ਨਾਲ ਪਹਿਲਾਂ ਤਾਂ ਵੈਲਿਊਜ਼ ਨੂੰ ਲਿਖ ਲੈਣਾ ਜੀ ਹੁਣ ਮਾਈਨਸ ਕਰੋ ਦੇਖੋ 13 ਚੋਂ 4 ਘਟਾਓਗੇ 9 9 ਚੋਂ 3 ਘਟਾਓਗੇ 6 6 ਚੋਂ 2 ਘਟਾਓਗੇ 4 ਪਲੱਸ ਆਹ ਵੈਲਿਊ ਨੂੰ ਅਲੱਗ ਤੋਂ ਸੋਲਵ ਕਰ ਲਓ ਐਲਸੀਐਮ ਲਵਾਂਗੇ ਜੀ 6 5 2 ਤੇ 3 ਦਾ ਐਲਸੀਐਮ ਆਜੂਗਾ 30 30 ਨੂੰ ਪਹਿਲਾਂ 5 ਤੇ ਡਿਵਾਈਡ ਕੀਤਾ 6 6 ਦੁਨੀ 2 12 30 ਨੂੰ 2 ਤੇ ਡਿਵਾਈਡ ਕੀਤਾ 15 15 15 30 ਨੂੰ 6 ਤੇ ਡਿਵਾਈਡ ਕਰਾਂਗੇ 5 5 1 5 30 ਨੂੰ ਬੱਚੋ 3 ਤੇ ਡਿਵਾਈਡ ਕਰਾਂਗੇ ਆਪਣੇ ਕੋਲੇ ਕਿੰਨਾ ਆ ਗਿਆ 10 1 ਕਮ 10 ਤਾਂ ਦੇਖੋ 15 5 20 ਤੇ 10 30 ਤਾਂ ਇਹ ਬਣ ਗਿਆ 4 18 30 ਤਾਂ ਬੱਚੋ 18 ਤੇ 30 ਆਪਣੇ ਕੋਲੇ ਮਾਈਨਸ ਦਾ ਸਾਈਨ ਬਣੂਗਾ ਕਿਉਂਕਿ ਵੈਲਿਊ ਜਿਹੜੀ ਮਾਈਨਸ ਵਾਲੀ ਬੜੀ ਬਣੂਗੀ 15 5 20 ਤੇ 10 30 ਬਣੂਗਾ 12 30 ਕਰੋਗੇ ਤਾਂ -18 ਆ ਜਾਊਗਾ ਆਪਣੇ ਕੋਲੇ ਪਲੱਸ ਮਾਈਨਸ ਮਾਈਨਸ ਹੁੰਦਾ ਤਾਂ 18/3 ਨੂੰ ਜੇ ਆਪਾਂ ਵੰਡ ਦੀਏ 3 ਦੇ 6 ਦੇ ਪਹਾੜੇ ਤੇ ਵੰਡਿਆ ਉਹ 3/5 ਤਾਂ ਬੱਚੋ ਤੁਹਾਡੇ ਕੋਲੇ ਕਿੰਨੀ ਵੈਲਿਊ ਬਣ ਗਈ 4 3/5 ਤਾਂ ਹੁਣ ਇਸ ਨੂੰ ਤੁਸੀਂ ਕਿਵੇਂ ਕਰ ਸਕਦੇ ਹੋ ਐਲਸੀਐਮ ਲੈ ਕੇ 1 ਤੇ 5 ਦਾ ਐਲਸੀਐਮ 5 ਆ ਗਿਆ 5 ਨੂੰ 1 ਤੇ ਵੰਡਿਆ 5 ਚੋਕਾ 20 5 ਨੂੰ 5 ਤੇ ਵੰਡਿਆ 1 3 3 ਤਾਂ ਤੁਹਾਡੇ ਕੋਲੇ 17/5 ਆ ਗਿਆ ਜੀ ਹੁਣ 17/5 ਨੂੰ ਬੱਚੋ ਕਿਵੇਂ ਲਿਖੋਗੇ 5 3 15 ਕਿੰਨਾ ਬਚ ਗਿਆ 2 ਤਾਂ ਇਹਨੂੰ ਆਪਾਂ ਲਿਖਾਂਗੇ 5 ਜਿੰਨੇ ਤੇ ਬੰਡਿਆ ਗਿਆ ਸਾਈਡ ਤੇ ਜਿਹੜਾ ਬਚ ਗਿਆ ਉੱਪਰ ਤਾਂ ਤੁਹਾਡੇ ਕੋਲੇ ਆਨਸਰ ਆਊਗਾ 3 2/5 ਤਾਂ ਬੱਚਿਓ ਇਸ ਕੁਸ਼ਚਨ ਦਾ ਜਿਹੜਾ ਤੁਹਾਡਾ ਆਨਸਰ ਆਣਾ ਚਾਹੀਦਾ ਉਹ ਕਿੰਨਾ ਆਣਾ ਚਾਹੀਦਾ ਸੀ ਆਪਸ਼ਨ 3 2/5 ਚਲਿਏ ਜੀ ਲਾਸਟ ਕੁਸ਼ਚਨ ਹੈ ਜੀ ਆਪਣਾ ਅੱਜ ਦੀ ਕਲਾਸ ਦਾ ਕਹਿੰਦਾ देयर आर ਸਰਟਨ ਨੰਬਰ ਆਫ ਬੈਂਚੀਜ਼ ਇਨ ਆ ਕਲਾਸਰੂਮ ਇੰਪੋਰਟੈਂਟ ਕੁਸ਼ਚਨ ਹੈ ਮੈਕਸਿਮਮ ਬੱਚਿਆਂ ਤੋਂ ਇਸ ਕੁਸ਼ਚਨ ਦੀ ਇਕੁਏਸ਼ਨ ਨਹੀਂ ਬਣਦੀ ਠੀਕ ਹੈ ਇਕੁਏਸ਼ਨ ਦੇ ਵਿੱਚ ਹੀ ਉਲਝਦੇ ਜਾਂਦੇ ਨੇ ਜਾਂ ਬਾਈ ਆਪਸ਼ਨ ਚੱਕਦੇ ਨੇ ਕਹਿੰਦਾ ਕੁਝ ਕੁਝ ਬੱਚੇ ਨੇ ਕਲਾਸ ਦੇ ਵਿੱਚ ਕੁਝ ਬੈਂਚੀਜ਼ ਨੇ 4 ਸਟੂਡੈਂਟਸ ਸਿਟ ਔਨ ਈਚ ਬੈਂਚ ਕਹਿੰਦਾ ਜੇ ਹਰੇਕ ਬੈਂਚ ਤੇ ਆਪਣੇ ਕੋਲ ਚਾਰ ਸਟੂਡੈਂਟ ਬੈਠਦੇ ਨੇ ਤਾਂ ਤਿੰਨ ਬੈਂਚ ਅਨੋਕੂਪਾਈ ਮਤਲਬ ਤਿੰਨ ਬੈਂਚ ਯੂਜ਼ ਹੀ ਨਹੀਂ ਹੁੰਦੇ ਤਿੰਨ ਬੈਂਚ ਖਾਲੀ ਬਚ ਜਾਂਦੇ ਨੇ ਇਫ ਹਾਊਐਵਰ 3 ਸਟੂਡੈਂਟਸ ਸਿਟ ਔਨ ਈਚ ਬੈਂਚ ਜੇ ਹਰੇਕ ਬੈਂਚ ਤੇ ਤਿੰਨ ਬੱਚੇ ਬੈਠਦੇ ਨੇ ਤਾਂ ਆਪਣੇ ਕੋਲ ਕਹਿੰਦਾ ਜੀ 3 ਸਟੂਡੈਂਟ ਰਿਮੇਨ ਸਟੈਂਡਿੰਗ ਤਾਂ ਤਿੰਨ ਬੱਚੇ ਉਹ ਬਚੇ ਜਾਂਦੇ ਨੇ ਜਿਹੜੇ ਖੜੇ ਰਹਿੰਦੇ ਨੇ ਮਤਲਬ ਬੈਂਚ ਫੁੱਲ ਹੋਣ ਤੋਂ ਬਾਅਦ ਤਿੰਨ ਬੱਚੇ ਖੜੇ ਬਚਦੇ ਨੇ ਤਾਂ ਫਾਈਂਡ ਦਾ ਨੰਬਰ ਆਫ ਸਟੂਡੈਂਟ ਇਨ ਦਾ ਕਲਾਸ ਨੰਬਰ ਆਫ ਸਟੂਡੈਂਟ ਪਤਾ ਕਰਨੇ ਨੇ ਤਾਂ ਲੈਟ ਨੰਬਰ ਆਫ ਬੈਂਚੀਜ਼ ਆਪਣੇ ਕੋਲੇ ਜਿਹੜੀ ਬੈਂਚੀਜ਼ ਦੀ ਗਿਣਤੀ ਹੈ ਬੱਚੋ ਕਿੰਨੀਆਂ ਮੰਨ ਲਓ x ਹੈ ਨੰਬਰ ਆਫ ਬੈਂਚੀਜ਼ ਦੀ ਗਿਣਤੀ ਕਿੰਨੀ ਹੈ x ਤਾਂ ਹੁਣ ਪਹਿਲੀ ਇਕੁਏਸ਼ਨ ਬਣਾਉਣਾ ਹੈ ਪਹਿਲੀ ਲਾਈਨ ਦੇ ਵਿੱਚੋਂ ਕਹਿੰਦਾ ਜੇ ਹਰ ਇੱਕ ਬੈਂਚ ਤੇ ਚਾਰ ਜਵਾਕ ਬੈਠਦੇ ਨੇ ਤਾਂ ਤਿੰਨ ਬੈਂਚ ਖਾਲੀ ਬਚਦੇ ਨੇ ਮਤਲਬ ਤਿੰਨ ਬੈਂਚ ਖਾਲੀ ਬਚਦੇ ਨੇ ਐਕਸ ਬੈਂਚ ਨੇ ਤਾਂ ਬੱਚੇ ਕਿੰਨੇ ਬੈਂਚ ਤੇ ਬੈਠਣਗੇ ਸਿਰਫ ਐਕਸ ਮਾਈਨਸ ਤਿੰਨ ਬੈਂਚ ਤੇ ਬੈਠਣਗੇ ਤੇ ਹਰ ਇੱਕ ਬੈਂਚ ਤੇ ਕਿੰਨੇ ਸਟੂਡੈਂਟ ਬੈਠ ਰਹੇ ਨੇ ਚਾਰ ਚਾਰ ਬੱਚੇ ਬੈਠ ਰਹੇ ਨੇ ਤਾਂ ਇੱਥੋਂ ਤੁਹਾਡੇ ਕੋਲੇ ਪਹਿਲੀ ਇਕੁਏਸ਼ਨ ਬਣ ਗਈ ਇਕੁਅਲ ਟੂ ਨੰਬਰ ਆਫ ਸਟੂਡੈਂਟਸ ਤਾਂ ਨੰਬਰ ਆਫ ਸਟੂਡੈਂਟਸ ਕਿੰਨੇ ਬਣ ਗਏ ਨੰਬਰ ਆਫ ਬੈਂਚੀਸ ਕਿੰਨੇ ਸੀ ਐਕਸ ਤਿੰਨ ਤਾਂ ਖਾਲੀ ਨੇ x ਦੇ ਵਿੱਚੋਂ ਮੰਨ ਲਓ 10 ਬੈਂਚ ਨੇ 10 ਚੋਂ 3 ਬੈਂਚ ਖਾਲੀ ਨੇ ਤਾਂ ਕਿੰਨੇ ਬੈਂਚ ਤੇ ਬੱਚੇ ਬੈਠੇ ਸੱਤ ਬੈਂਚ ਤੇ ਬੱਚੇ ਬੈਠੇ ਤਾਂ x 3 ਬੈਂਚ 1 ਬੈਂਚ ਤੇ ਕਿੰਨੇ ਬੱਚੇ ਬੈਠ ਰਹੇ ਨੇ 4 ਦੂਸਰੀ ਇਕੁਏਸ਼ਨ ਬਣਾ ਲੈਣੇ ਆ ਬੱਚੋ ਦੂਸਰੀ ਇਕੁਏਸ਼ਨ ਕੀ ਕਹਿੰਦਾ ਹਰ ਇੱਕ ਬੈਂਚ ਤੇ ਤਿੰਨ ਬੱਚੇ ਬੈਠ ਰਹੇ ਨੇ ਮੰਨ ਲਓ x ਬੈਂਚ ਨੇ ਹਰ ਇੱਕ ਬੈਂਚ ਤੇ ਕਿੰਨੇ ਬੱਚੇ ਬੈਠ ਰਹੇ ਨੇ ਤਿੰਨ ਬੱਚੇ ਬੈਠ ਰਹੇ ਨੇ ਤਾਂ 3x ਬੱਚੇ ਹੋਗੇ ਤੇ ਤਿੰਨ ਖੜੇ ਨੇ ਮਤਲਬ 3 ਹੋਰ ਹੋ ਗਿਆ ਤੁਹਾਡੇ ਕੋਲੇ ਟੋਟਲ ਨੰਬਰ ਆਫ ਸਟੂਡੈਂਟਸ ਕਿੰਨੇ ਹੋਗੇ x 3 3 ਤਾਂ ਪਹਿਲੀਆਂ ਦੋਨੋਂ ਇਕੁਏਸ਼ਨਾਂ ਨੇ ਜਿਹੜੀਆਂ ਇਹਨਾਂ ਦੋਨਾਂ ਨੂੰ ਆਪਾਂ ਕੀ ਕਰ ਲਾਂਗੇ ਬੱਚੋ ਸੋਲ ਤਾਂ ਦੇਖੋ ਇਹਨੂੰ ਸੋਲ ਕਰਾਂਗੇ 4 x ਕਿੰਨਾ ਬਣ ਗਿਆ ਤੁਹਾਡੇ ਕੋਲੇ 4x 4 3 ਕਿੰਨਾ ਬਣ ਗਿਆ ਬਰਾਬਰ ਦੂਸਰੀ ਇਕੁਏਸ਼ਨ ਕੀ ਹੈ ਆਪਣੇ ਕੋਲੇ 3 x ਕਿੰਨਾ ਬਣ ਗਿਆ 3x 3 ਤਾਂ ਆ ਇਕੁਏਸ਼ਨ ਬਣ ਗਈ ਜੀ ਆ ਤਿੰਨ ਇੱਧਰ ਆ ਕੇ ਮਾਈਨਸ ਹੋ ਜਾਊਗਾ ਆ 12 ਇੱਧਰ ਆ ਕੇ ਪਲੱਸ ਹੋ ਜਾਊਗਾ ਤਾਂ 4x ਤੋਂ ਬੱਚੋ 3x ਘਟਾ ਦੋਗੇ ਕਿੰਨਾ ਆ ਗਿਆ 1x 12 ਇੱਧਰ ਆ ਕੇ ਜੁੜ ਗਿਆ 12 ਤੇ 3 ਕਿੰਨਾ ਹੋ ਗਿਆ 15 ਮਤਲਬ ਆਪਣੇ ਕੋਲੇ ਜਿਹੜੀ ਨੰਬਰ ਆਫ ਬੈਂਚਸ ਦੀ ਗਿਣਤੀ ਹੈ ਉਹ ਕਿੰਨੀ ਆ ਗਈ 15 ਤਾਂ ਜੇ ਪੇਪਰ ਚ ਪੁੱਛਿਆ ਗਿਆ ਵੀ ਨੰਬਰ ਆਫ ਬੈਂਚਸ ਫਾਈਂਡ ਕਰੋ ਤਾਂ ਤੁਹਾਡੇ ਕੋਲੇ ਕਿੰਨਾ ਆਨਸਰ ਆਊਗਾ 15 ਹੁਣ ਜੇ ਪੁੱਛਿਆ ਗਿਆ ਨੰਬਰ ਆਫ ਸਟੂਡੈਂਟਸ ਜੇ ਪੁੱਛਿਆ ਗਿਆ ਸਟੂਡੈਂਟ ਦੀ ਗਿਣਤੀ ਤਾ ਬੱਚੋ ਤੁਹਾਡੇ ਕੋਲੇ ਕਿੰਨਾ ਆਊਗਾ ਚਾਹੇ ਪਹਿਲੀ ਇਕੁਏਸ਼ਨ ਚ ਵੈਲਿਊ ਪੁੱਟ ਕਰਦੋ ਚਾਹੇ ਦੂਸਰੀ ਇਕੁਏਸ਼ਨ ਚ ਪੁੱਟ ਕਰਦੋ ਜਿਵੇਂ ਪਹਿਲੀ ਇਕੁਏਸ਼ਨ ਹੈ 15 3 4 ਬਣ ਜੂਗਾ ਜੀ 15 ਚੋਂ 3 ਘਟਾਵਾਂਗੇ 12 12 4 12 ਚੋਕਾ ਕਿੰਨਾ ਆ ਗਿਆ ਬੱਚੋ ਆਪਣੇ ਕੋਲੇ 48 ਤਾਂ ਨੰਬਰ ਆਫ ਸਟੂਡੈਂਟਸ ਨੇ ਜਿਹੜੇ ਉਹ ਕਿੰਨੇ ਆ ਗਏ ਤੁਹਾਡੇ ਕੋਲੇ 48 ਤਾਂ ਆਸੀ ਬੱਚੋ ਅੱਜ ਦੀ ਕਲਾਸ ਜੇ ਤੁਹਾਨੂੰ ਪਸੰਦ ਆਈ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਨੈਕਸਟ ਕਲਾਸ ਦੇ ਵਿੱਚ ਅੱਗੇ ਆਪਾਂ ਕੁਝ ਹੋਰ ਵਧੀਆ ਕੁਐਸਚਨਸ ਲੈ ਕੇ ਆਵਾਂਗੇ ਠੀਕ ਹੈ ਟੌਪਿਕ ਦਾ ਨਾਮ ਸਿੰਪਲੀਫਿਕੇਸ਼ਨ ਜ਼ਰੂਰ ਹੈ ਬਟ ਇਹਦੇ ਵਿੱਚ ਜਿੰਨੇ ਵਧੀਆ ਤੋਂ ਵਧੀਆ ਕੁਐਸਚਨਸ ਨੇ ਆਪਾਂ ਠੀਕ ਹੈ ਯਾ ਆਪਣੇ ਕੋਲੇ ਡੈਸੀਮਲ ਫ੍ਰੈਕਸ਼ਨ ਦਾ ਹੋ ਗਿਆ ਨੰਬਰ ਸਿਸਟਮ ਦਾ ਹੋ ਗਿਆ ਸਾਰੇ ਕੁਐਸਚਨ ਆਪਾਂ ਨਾਲ-ਨਾਲ ਕਵਰ ਕਰਦੇ ਚੱਲਾਂਗੇ ਜੀ ਉਸ ਦੇ ਵਿੱਚ ਠੀਕ ਹੈ ਇਹ ਤੁਹਾਨੂੰ ਬੈਂਕ ਦੇ ਪੇਪਰ ਪੰਜਾਬ ਦੇ ਪੇਪਰ ਸੈਂਟਰ ਦੇ ਪੇਪਰ ਪੀਐਸਟੈਟ ਦੇ ਪੇਪਰ ਹਰ ਤਰ੍ਹਾਂ ਦੇ ਪੇਪਰ ਸੀਟਟ ਦੇ ਨਾਲ ਤੁਸੀਂ ਅੱਗੇ ਦਸੰਬਰ ਚ ਸੀਟਟ ਆ ਰਿਹਾ ਹਰ ਤਰ੍ਹਾਂ ਦੇ ਪੇਪਰ ਦੇ ਵਿੱਚ ਕਮ ਆਊਗੀ ਚਲਿਏ ਜੀ ਤਾਂ ਇਸ ਕਲਾਸ ਨੂੰ ਕੰਪਲੀਟ ਕਰ ਲਿਓ ਤੁਹਾਨੂੰ ਨਾਲ ਅੱਗੇ ਹੀ ਨੈਕਸਟ ਕਲਾਸ ਤੁਹਾਨੂੰ ਮਿਲ ਜੂਗੀ ਥੈਂਕ ਯੂ ਸੋ ਮਚ